95,000 ਹੈ ਭਾਜੀ 95,000 ਦਾ ਹਾਂਜੀ ਇੱਕ ਬੂਫਰ ਆ ਤੇ 48 ਕਿਲੋ ਇਹਦਾ ਵਜਨ ਆ ਇੱਕ ਬੂਫਰ ਦਾ 48 ਕਿਲੋ ਵਜਨ ਆ ਹਾਂਜੀ ਮਤਲਬ ਫਿੱਟ ਕਰਨਾ ਵੀ ਮਤਲਬ ਇਹਨੂੰ ਥੋੜਾ ਜਿਹਾ ਜਾਨ ਚਾਹੀਦੀ ਹੈ ਜੀ ਤਿੰਨ ਬੰਦੇ ਲੱਗੇ ਸੀ ਜਦੋਂ ਚੱਕ ਕੇ ਫਿੱਟ ਕਰਨਾ ਪਿਆ ਇਹਦੇ ਵਿੱਚ ਇਹ ਵੀ ਭਾਜੀ ਬਾਹਰੋਂ ਹੀ ਆ ਜਿੱਦਾਂ ਕਹਿ ਲਓ ਕਿ ਓਰੀਜਨਲ ਮੰਗਾਈਆਂ ਹੋਈਆਂ ਤੇ ਇਹਨਾਂ ਦੀ ਬ੍ਰਾਈਟਨੈਸ ਵੀ ਪੂਰੀ ਆ ਅੱਛਾ ਹਾਂਜੀ ਇਹ ਵੀ ਜੇ ਬੰਦਾ ਮੂਰੇ ਖੜਾ ਹੋਵੇ ਇੰਨਾ ਕਰਨ ਵਾਲਾ ਹੀ ਕੰਮ ਆ ਇਹ ਐ ਪਰ ਇਹ ਕਿ ਖਿੱਲਰ ਦੀ ਨਹੀਂ ਹੋਊਗੀ ਜਿਵੇਂ ਨਾ ਦੂਜੀ ਵਾਲੀ ਸਪੀਡ ਆ ਜਿਹਦਾ ਸਪੋਰਟ ਆ ਹੁਣਲੇ ਬਾਕਸ ਦਾ ਹੀ ਮੇਰਾ ਖਿਆਲ ਭਾਜੀ ਕਹਿੰਦਾ ਕੁਆਂਟਲ ਤੋਂ ਉੱਪਰ ਦਾ ਵੇਟ ਕੁਆਂਟਲ ਤੋਂ ਉੱਪਰ ਉਹਦਾ ਉਹਨੇ ਜਦੋਂ ਲਾਇਆ ਸੀ ਜੈਕ ਜੁਕ ਲਾ ਕੇ ਫਿੱਟ ਕੀਤਾ ਸੀਗਾ ਫਿਰ ਉਸ ਤੋਂ ਬਾਅਦ ਇਹ ਚੈਂਪ ਵੀ ਲੱਗ ਗਏ ਐਂਪ ਵੀ ਸਪੀਕਰ ਵੀ ਹੁਣ ਤਾਂ ਜੀ ਇਹ ਹੈਵੀ ਵੇਟ ਆ ਤਾਂ ਕਹਿ ਲਓ ਕਿ ਕੁਆਂਟਲ ਉਹਨਾਂ ਦਾ ਹੋ ਗਿਆ ਤੇ ਕੁਆਂਟਲ ਇਹਦਾ ਉਹ ਪਾਵਗੇ 2.5 ਕੁਆਂਟਲ ਪਲੱਸ ਆ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਬਾਈ ਜੀ ਅੱਜ ਫੇਰ ਖੜੇ ਆ ਬਾਈ ਆਪਦੇ ਜ਼ਿਲ੍ਹੇ ਦੁਆਬੇ 'ਚ ਤੇ ਬਾਈ ਗੱਲ ਕਰਦੇ ਹੁੰਦੇ ਨਾ ਕਿ ਦੁਆਬੇ ਵਾਲਿਆਂ ਨੂੰ ਭਾਈ ਨੀਲੇ ਰੰਗ ਨਾਲ ਪਿਆਰ ਬਾਹਲਾ ਆ ਬਾਈ ਇਹਦੇ ਪਿੱਛੇ ਬਾਹਲੇ ਦੀਵਾਨੇ ਨੇ ਤੇ ਦੂਜੀ ਗੱਲ ਆ ਬਾਈ ਇਹ ਗੱਡਖਾਨੇ ਦੇ ਬਾਹਲੇ ਸ਼ਕੀਨ ਆ ਜੇ ਇੱਦਾਂ ਦੇ ਗਰਾਜ 'ਚ ਲੈ ਕੇ ਆਏ ਆ ਵੀ ਕਿਸੇ ਮਾੜਾ ਇੱਧਰ ਨੂੰ ਹੋ ਜਾ ਇੱਧਰ ਹੋ ਜਾ ਫਰੇਮ ਨਾਲ ਇਹਦਾ ਫਰੇਮ 'ਚ ਲੈ ਲਾ ਪਹਿਲਾਂ ਸਾਰਾ ਗਰਾਜ ਕਿ ਬਾਈ ਇੰਨਾ ਗੱਡਖਾਨਾ ਉਰੇ ਖੜਿਆ ਹੋਇਆ ਆ ਪਿੰਡ ਹੈਗਾ ਘੁੱਗਾ ਤੇ ਬਾਈ ਹੈਗੇ ਆਪਣੇ ਨਾਲ ਧਰਮਿੰਦਰ ਤੇ ਬਾਈ ਇੰਨੇ ਕੁ ਸ਼ਕੀਨ ਬੰਦੇ ਨੇ ਉਹ ਫਿਰ ਨੇੜੇ ਆਉਂਗੇ ਨਾ ਫਿਰ ਤੁਹਾਨੂੰ ਦੱਸਾਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਮੈਂ ਕਿਹਾ ਬਾਈ ਦੁਆਬੇ 'ਚ ਖੜੇ ਆ ਇੱਕ ਤਾਂ ਨੀਲੇ ਰੰਗ ਨਾਲ ਬਾਹਲਾ ਪਿਆਰ ਆ ਹਾਂਜੀ ਹਾਂਜੀ ਦੂਜਾ ਸਾਨੂੰ ਗੱਡ ਖਾਨੇ ਨਾਲ ਬਾਹਲਾ ਪਿਆਰ ਆ ਪੂਰਾ ਜੀ ਪੂਰਾ ਭਰ ਭਰ ਕੰਟੇਨਰ ਅਸੀਂ ਲੈ ਕੇ ਬਾਹਰ ਸਹੀ ਗੱਲ ਹੈ ਸਹੀ ਗੱਲ ਹਾਂਜੀ ਤੇ ਦੂਜਾ ਸਾਨੂੰ ਫੋੜ ਨਾਲ ਬਹੁਤ ਪਿਆਰ ਬਹੁਤ ਜੀ ਬਹੁਤ ਹਾਂਜੀ ਤੇ ਦੂਜਾ ਬਾਈ ਆਪਣੇ ਕੋਲੇ ਕਹਿੰਦੇ ਕਿ ਖਰਚਾ ਇੱਧਰ ਕਰਕੇ ਦਿਖਾਈਏ ਇੱਕ ਵਾਰੀ ਵਿੱਕੀ ਸਿਆ ਕਿ ਬਾਈ ਇਹ ਟਰੈਕਟਰ ਹੈਗਾ ਬਾਈ ਜੀ ਨਿਊ ਹਾਲੈਂਡ 56 ਬੀ ਜੀ ਹਾਂਜੀ ਟਰੈਕਟਰ ਹੈਗਾ ਨਵਾਂ ਜੀ ਜੇ ਆਪਾਂ ਨਵਾਂ ਇਹ ਗੱਲ ਕਰੀਏ ਏਜੰਸੀਆਂ ਹੁਣ ਕਢਾਉਣਾ ਹੋਵੇ ਕਿੰਨੇ ਦਾ ਟਰੈਕਟਰ ਇਹ ਜੀ ਭਾਈ ਕੋਈ 10 ਤੋਂ ਉੱਪਰ ਪੈਂਦਾ 10 70 ਦਾ 10 80 ਦਾ ਹਾਂਜੀ ਤੇ ਜੇ ਕਿਸੇ ਨੇ ਸਾਡੇ ਵਰਗਾ ਬਣਾਉਣਾ ਹੋਵੇ ਫੇਰ ਇਹ ਕਿੰਨੇ ਦਾ ਪੈਂਦਾ ਫੇਰ ਤਾਂ ਤੁਸੀਂ ਜਿੰਨਾ ਮਰਜ਼ੀ ਲਾ ਲਓ ਜੀ ਇਹ ਤਾਂ ਹਾਂ ਪੈ ਜੂ 15 16 ਤੋਂ ਉੱਤੇ ਆਰਾਮ ਨਾਲ ਆਰਾਮ ਨਾਲ ਪੈ ਜੂ ਆਰਾਮ ਨਾਲ ਕਿ ਕਈ ਵੀਰ ਦੂਰੋਂ ਦੇਖਣਗੇ ਬਾਈ 15 16 ਦਾ ਪੈ ਜੂ ਟਰੈਕਟਰ ਤਾਂ ਇਹੋ ਜਿਹਾ ਕਿਆ ਹਾਲਾਤ ਹੈ ਇਹਦੇ ਉੱਤੇ ਜੇ ਆਪਾਂ ਦੱਸਣਾ ਹੋਵੇ ਬਾਈ ਜੀ ਪਹਿਲਾਂ ਤਾਂ ਨੇੜੇ ਆ ਕੇ ਦਿਖਾ ਲਈਏ ਕਿ ਵਿੱਕੀ ਚਾ ਨੇੜੇ 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 ਆ ਇੱਥੇ ਆ ਕੇ ਦਿਖਾਏ ਕਿ ਨੰਬਰ ਲੱਗਿਆ PB08FV 13 13 13 ਹਾਂਜੀ ਹਾਂਜੀ ਪਹਿਲਾਂ ਇਹਦਾ ਨੰਬਰ ਕਿੰਨੇ ਦਾ ਲੱਗਾ ਇਹ ਜੀ ਬਾਈ 25 ਦਾ 1,25,000 ਦਾ ਨੰਬਰ ਦੇ ਹਾਂਜੀ ਯਾਰ 10 ਲੱਖ ਦਾ ਟਰੈਕਟਰ 1,25,000 ਦਾ ਨੰਬਰ 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 ਜੀ ਹਾਂਜੀ ਤੇ ਉਸ ਤੋਂ ਬਾਅਦ ਬੰਪਰ ਲੱਗਿਆ ਇਹਨੂੰ ਇਹਨੂੰ ਬੰਪਰ ਭਾਜੀ ਲੱਗਿਆ ਜੀ 25 ਇੰਚ ਦਾ ਤੇ 13 ਅੰਕ ਦੇ ਵਿੱਚ ਪੈ ਗਿਆ ਆਪਾਂ ਨੂੰ 12 13 ਹਾਂਜੀ ਹੁਣ ਜਿਹੜੇ ਬੰਦੇ ਦੇਖਦੇ ਆ ਵੀਡੀਓ ਹੈ ਹੁਣ ਕੱਲੀ ਕੱਲੀ ਚੀਜ਼ ਫਿਰ ਮੈਂ ਐਡ ਆਨ ਕਰਕੇ ਸਾਡਾ ਮੈਥ ਹੈਗਾ ਮਾੜਾ ਤੁਸੀਂ ਕੈਲਕੂਲੇਟਰ ਲੈ ਕੇ ਬਹਿ ਜਾਓ ਜਾਂ ਬੈਠ ਜਾਓ ਨਾਲ ਨੋਟ ਕਰੀ ਜਾਇਓ ਕਿ ਬਾਈ ਹੁਣ ਟੋਟਲ ਕਿੰਨਾ ਬਣ ਗਿਆ ਹਾਂਜੀ ਉਸ ਤੋਂ ਬਾਅਦ ਬਾਈ ਜੀ ਥੱਲੇ ਬਾਰ ਲੈਟ ਲਾਤੀ ਇੱਕ ਉਹ ਉੱਤੇ ਲੱਗੀ ਉਹ ਇੱਕ ਇੱਥੇ ਵੀ ਲੱਗੀ ਉਹ ਹਾਂਜੀ ਹਾਂਜੀ ਇਹ ਵੀ ਸਪੈਸ਼ਲ ਹੈ ਕਿ ਮਤਲਬ ਨਾਰਮਲੀ ਤੁਸੀਂ ਇਹ ਨਹੀਂ ਦੇਖਦੇ ਹਾਂਜੀ ਨਾਰਮਲੀ ਜਿੱਦਾਂ ਆਪਣੇ ਨਾਲ ਟਰੈਕਟਰ ਖੜਾ ਪਰਲੇ ਬੰਨੇ ਉੱਤੇ ਲੱਗੀਆਂ ਤੇ ਇਹ ਸਪੈਸ਼ਲੀ ਆ ਜਿੱਦਾਂ ਕਿ ਲੋਕ ਕਿ ਚਾਈਨਾ ਮੇਡ ਨੇ ਜਿੱਦਾਂ ਆਪਾਂ ਕਹਿ ਸਕਦੇ ਚਾਈਨਾ ਮੇਡ ਨੇ ਤੇ ਇਹਨਾਂ ਦੋਨੋਂ ਵਿੱਚ ਫਰਕ ਕੀ ਹੈ ਜੇ ਆਪਾਂ ਮੈਨੂੰ ਦੱਸਣਾ ਹੋਵੇ ਤੇ ਬ੍ਰਾਈਟਨੈਸ ਸਕਰੀਨ ਨੇ ਉਹਦੇ ਪਰ ਲੈਂਸ ਨਹੀਂ ਜਿਹੜੇ ਆਊਟ ਹੁੰਦੇ ਕਈਆਂ ਦੇ ਲੈਂਸ ਯੈਲੋ ਚ ਨਹੀਂ ਪੈ ਜਾਂਦੇ ਹੁੰਦੇ ਉਹ ਉਹ ਫੇਡ ਆਊਟ ਹੋ ਜਾਂਦੇ ਆ ਇਹ ਫਿਰ ਇਦਾਂ ਹੀ ਰਹਿਣਗੇ ਜਿੱਦਾਂ ਹੈਗੇ ਅੱਛਾ ਇਹ ਜਿਵੇਂ ਲੈ ਕੇ ਆਏ ਆ ਤੇ ਬ੍ਰਾਈਟਨੈਸ ਪੂਰੀ ਹੈ ਇਹਨਾਂ ਦੀ ਬ੍ਰਾਈਟਨੈਸ ਪੂਰੀ ਆ ਹਨਾ ਤੇ ਜੇ ਇਹਦੀ ਗੱਲ ਕਰੀਏ ਕਿੰਨੇ ਕਿ ਦੀ ਆਲਮੋਸਟ ਪੈਂਦੀ ਹੋਊਗੀ ਜਦ 11,000 ਦੀ ਬਾਹਰ ਆ ਭਾਜੀ 11,000 ਦੀ ਇਹ ਬਾਹਰ ਹੈ ਹਨਾ ਹਾਂਜੀ ਤੇ ਟਰੈਕਟਰ ਨਵਾਂ ਟਾਇਰਾਂ ਦੇ ਜੋੜੀਆਂ ਹੋਰ ਨਵੀਆਂ ਪਾਤੀਆਂ ਹਾਂਜੀ ਇਹ ਚੇਂਜ ਕਰਾਤੀ ਆ ਜੀ ਚੇਂਜ ਕਰਤੀਆਂ ਤੇ ਵੀ ਕਿਸੇ ਇਧਰੋਂ ਦਿਖਾ ਦਿੰਦੇ ਭਾਜੀ ਆ ਕੇ ਇਧਰ ਫਰੇਮ ਖੁੱਲਾ ਹੈ ਹਾਂਜੀ ਹਾਂਜੀ ਕਿ ਆ ਲੈ ਕੇ ਦਿਖਾਈ ਕਿ ਮੋਰੇ ਟਾਇਰ ਪਾਤਾ ਭਾਜੀ ਇਹਨੂੰ 11-16 ਵੇ ਜੀ ਹਾਂਜੀ ਤੇ ਪਿੱਛੇ ਵੀ ਫਿਰ ਉਸ ਹਿਸਾਬ ਨਾਲ ਵੱਡੇ ਬਾਤ ਹਾਂਜੀ ਚੇਂਜ ਕਰਾਤੇ ਜੀ ਇਹ ਟਾਇਰ ਕਿਹੜਾ ਹੈ ਉਹੀ ਹੈ ਜਿਹੜਾ ਮੂਸੇ ਵਾਲੇ ਬਾਈ ਦੇ ਟਰੈਕਟਰ ਨੂੰ ਸੇਮ ਹੈ ਜੀ ਉਹੀ ਉਸੇ ਸ਼ਾਪ ਤੋਂ ਲਿਆ ਜਿੱਥੋਂ ਭਾਜੀ ਨੇ ਉਹਨੇ ਬ੍ਰਦਰ ਨੇ ਲਿਆ ਸੀ ਅੱਛਾ ਉਹ ਸਾਨੂੰ ਬਾਅਦ ਚ ਪਤਾ ਲੱਗਾ ਜਦੋਂ ਅਸੀਂ ਲਿਆ ਉਹ ਕਹਿੰਦੇ ਕਿ ਮੂਸੇ ਵਾਲੇ ਭਾਜੀ ਵੀ ਇੱਥੋਂ ਹੀ ਬ੍ਰਦਰ ਲੈ ਕੇ ਗਏ ਆ ਤੇ ਉਹ ਸਾਨੂੰ ਗੁੱਡੀ ਬਹੁਤ ਵਧੀਆ ਲੱਗੀ ਇਹਦੀ ਅੱਛਾ ਤੇ ਜਿਹੜਾ ਨਾਰਮਲ ਜਿਹੜਾ ਇਹਦਾ ਆਪਣਾ ਟਾਇਰ ਆਉਂਦਾ ਆ ਉਹਦੇ ਨਾਲ ਉਹਦਾ ਗ੍ਰਿਪ ਵੱਧ ਆ ਗ੍ਰਿਪ ਵੱਧ ਆ ਵਿਥ ਥੋੜੀ ਜਿਹੀ ਵਾਈਡ ਆ ਥੋੜਾ ਵਾਈਡ ਹੋ ਗਿਆ ਨਾ ਟਰੈਕਟਰ ਦੇ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਬਾਈ ਜੀ ਇੱਥੇ ਆ ਜਾਂਦੇ ਆ ਤਾਂ ਬੈਟਰੀ ਬਾਕਸ ਵੀ ਇਦਾਂ ਦਾ ਬਣਾਤਾ ਹੈ ਸੋਹਣਾ ਸੁਨੱਖਾ ਜਿਹਾ ਪੂਰਾ ਜੀ ਕਸਟਮ ਹਾਂਜੀ ਤੇ ਹੁਣ ਉਹ ਆਉਣ ਵਾਲੇ ਨੇ ਆਪਣੇ ਅਨੰਦਪੁਰ ਸਾਹਿਬ ਜਾਣ ਸਾਰਿਆਂ ਨੇ ਹੋਲੇ ਮਹੱਲੇ ਤੇ ਉਹਦੀ ਤਿਆਰੀ ਕਰਨ ਆਇਆ ਬਸ ਪੂਰੀ ਉਹਦੇ ਕਰਕੇ ਕਰਾਇਆ ਹਾਂਜੀ 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 ਕਿ ਜੇ ਟਰੈਕਟਰ ਜਿਵੇਂ ਸਾਡਾ ਬਾਈ ਕਹਿੰਦਾ ਹੁੰਦਾ ਕਹਿੰਦਾ ਬਾਈ ਇਹ ਗੱਡੀ ਜਿੱਥੇ ਖੜ ਜੂ ਉੱਥੇ ਮੇਲਾ ਲਾ ਦੇ ਮੇਲਾ ਮੇਲਾ ਇਹ ਲਾਊਗਾ ਹੈ ਇਹ ਸ਼ੌਂਕ ਸੀਗਾ ਬਹੁਤ ਰੀ ਸੀ ਦੇ ਪੁਰਾਣੀ ਉਹ ਮਹਾਰਾਜ ਨੇ ਪੂਰੀ ਕੀਤੀ ਆ ਹੁਣ ਕਿਤੇ ਵੈਸੇ ਗੱਡ ਖਾਨੇ ਦਾ ਕਿੰਨਾ ਕੁ ਸ਼ੌਂਕ ਆ ਉਹਦਾ ਜਿਵੇਂ ਪੁੱਛੀ ਸ਼ੌਂਕ ਇੰਨਾ ਹੈ ਕਿ ਮੈਂ ਕਹਿੰਦਾ ਗਰਾਜ ਛੋਟਾ ਪੈ ਜਾਣਾ ਮਹਾਰਾਜ ਨੇ ਜੇ ਕਿਰਪਾ ਕੀਤੀ ਪਰਲੇ ਬੰਨੇ ਨੂੰ ਐਕਸਟੈਂਡ ਕਰਾਂਗੇ ਹੋਰ ਤੇ ਵੈਸੇ ਆਪਣੇ ਪਰਿਵਾਰ ਚ ਸ਼ੁਰੂ ਤੋਂ ਕਿਹੜੇ ਟਰੈਕਟਰਾਂ ਦਾ ਸ਼ੌਂਕ ਆ ਸ਼ੁਰੂ ਤੋਂ ਬਈ ਸਵਰਾਜ ਹੁੰਦਾ ਸੀਗਾ ਅੱਛਾ 735 ਚਾਚਾ ਜੀ ਹੁਣ ਲਿਆ ਸੀ 83 ਦੇ ਕੇ ਵਿੱਚ 84 ਚ ਅੱਛਾ ਹਰੇ ਰੰਗ ਵਾਲਾ ਫਿਰ ਨੀਲੇ ਰੰਗ ਵਾਲਾ ਲਿਆ ਅੱਛਾ 735 ਪਹਿਲਾਂ ਹਰਾ ਚਿੱਟਾ ਲੈ ਲਿਆ ਫਿਰ ਨੀਲਾ ਚਿੱਟਾ ਲੈ ਲਿਆ ਫਿਰ ਫੋਰਡ ਆਇਆ ਫਿਰ ਆ
ਡੇਢ ਮਹੀਨਾ ਆਰਾਮ ਨਾਲ ਉਹਨੇ ਲਾ ਦਿੱਤਾ ਜੀ। ਡੇਢ ਮਹੀਨਾ ਆਰਾਮ ਨਾਲ, ਹਾਂਜੀ ਹਾਂਜੀ। ਤੇ ਵੈਸੇ ਇਹਦਾ ਇਦਾਂ ਵੀ ਕਹਿ ਸਕਦੇ ਬਾਈ ਜੀ ਕੋਈ ਸੰਦ ਸਮਾਨ ਇਹਦਾ ਬਾਹਰੋਂ ਵੀ ਆਇਆ ਟਰੈਕਟਰ ਦਾ? ਇਹਦੇ ਬਾਈ ਅਲਟਰਨੇਟਰ, ਕੰਪਰੈਸਰ ਤੇ ਸਟੀਰੀਓ। ਅੱਛਾ, ਇਹ ਤਿੰਨ ਚੀਜ਼ਾਂ ਮੈਂ ਲੈ ਕੇ ਬਾਹਰੋਂ ਆਇਆ ਤੇ ਹੋਰ ਵੀ ਲਿਆਉਣੀਆਂ ਸੀ ਕੁਛ, ਪਰ ਵੇਟ ਦੀ ਇਸ਼ੂ ਹੋਣ ਕਰਕੇ ਫਿਰ ਮੈਂ ਭਾਜੀ ਕੋਲ ਬਾਕੀ ਇੱਥੋਂ ਹੀ ਉਹਨੇ ਇਹਨੀ ਉਹਨੇ ਕਰਾਈਆਂ ਇੰਪੋਰਟ ਜਿਹਦਾ ਸਭ ਸੁਭ। ਅੱਛਾ, ਫਿਰ ਉਹ ਜਗਾੜ ਜਗੂੜ ਜਿਹਾ ਪੈ ਜਾਂਦਾ। ਹਾਂਜੀ ਉਹ ਕਰਦਾ। ਹਾਂ, ਤੇ ਵੈਸੇ ਗੱਲ ਕਰੀਏ ਟਰੈਕਟਰ ਦਾ, ਖੇਤੀ ਨੂੰ ਲਿਆ ਸੀ ਕਿ ਸ਼ੌਂਕ ਨੂੰ ਲਿਆ ਸੀ? ਇਹ ਸ਼ੌਂਕ ਲਈ ਹੈ ਜੀ। ਅੱਛਾ, ਆ ਖੇਤੀ ਲਈ ਆ ਖੜਾ ਦੇ ਪਾਵਰ ਸੈੱਲ ਪਾਉਣਾ ਸੀਗਾ। ਅੱਛਾ, ਕਿਉਂਕਿ ਆਪਣੇ ਸਬ ਬਹੁਤ ਆਰ ਐਮ ਐਸ ਹਾਈ ਆ, 3300 ਆਰ ਐਮ ਐਸ ਇੱਕ ਸਬ ਆ। 3300 ਆਰ ਐਮ ਐਸ ਜੀ, ਆਪਾਂ ਨਾਰਮਲੀ ਕਿਸੇ ਬੰਦੇ ਨੂੰ ਸਮਝਾਉਣਾ ਹੋਵੇ ਬਾਈ ਜੀ ਇੰਨਾ ਕੁ ਜ਼ੋਰ ਇਹਨਾਂ ਚ ਹੈਗਾ ਆ? ਹੈਗਾ ਹਾਂਜੀ, ਪੀਕ 7500 ਤੱਕ ਆ, ਯਾਨੀ ਕਿ 3300 ਤੇ ਇਹਨਾਂ ਨਾਰਮਲ ਆਉਂਦਾ ਆ। ਉਹਦੇ ਕਰਕੇ ਫਿਰ ਉਹ ਕਹਿੰਦਾ ਬਾਈ ਬੈਟਰੀਆਂ ਨੇ ਹੋਲਡ ਅਪ ਨਹੀਂ ਕਰਨਾ, ਲਾਈਟਾਂ ਨੇ ਬਹੁਤ ਫਲੈਕਚੁਏਟ ਕਰਨਾ, ਤੇ ਉਹ ਪਾਵਰ ਸੈੱਲ ਦੀ ਬਹੁਤ ਜ਼ਿਆਦਾ ਇਹ 'ਚ ਟਰਾਈ ਕਰ ਰਹੇ ਸੀ ਪਰ ਫਿੱਟ ਬੈਠਾ ਨਹੀਂ, ਪਰ ਹੁਣ ਉਹਨੇ ਦੋ ਬੈਟਰੀਆਂ ਪਾਈਆਂ ਇਹਦੇ ਵਿੱਚ। ਅੱਛਾ, ਬੈਟਰੀਆਂ ਵੀ ਦੋ ਰੱਖ ਦਿੱਤੀਆਂ ਜੀ, ਤੀਜੀ ਫਰੰਟ 'ਤੇ ਰੱਖੀ ਹੋਈ ਆ। ਅੱਛਾ, ਤਿੰਨ ਬੈਟਰੀਆਂ ਇੱਕ ਟਰੈਕਟਰ 'ਚ ਲੱਗੀਆਂ ਨੇ, ਇੱਕ ਉੱਥੇ ਆ ਤੇ ਇੱਕ ਦੋ ਇੱਥੇ ਰੱਖਦੀਆਂ ਹੈ। ਕਿ ਇੰਨਾ ਜ਼ੋਰ ਇਹਨਾਂ 'ਚ ਹੈਗਾ? ਹੈਗਾ ਜੀ, ਹਾਂਜੀ। ਤੇ ਇੰਨਾ ਜ਼ੋਰ ਵੀ ਹੈਗਾ ਜੇ ਕੋਈ ਲਾਗੇ ਤਾਗੇ ਖੜਿਆ ਆ ਤੇ ਫੀਲ ਕਰਾਉਂਦੇ? ਮੈਂ ਕਿਹਾ ਜੀ ਜਿਹੜਾ ਬੰਦਾ ਉੱਪਰ ਬਹਿੰਦਾ ਉਹ ਤੇ ਮੈਨੂੰ ਹੁਣ ਮੁੰਡਾ ਕਹਿੰਦਾ ਕਿ ਭਾਜੀ ਮੈਨੂੰ ਨੋਇਜ਼ ਕੈਂਸਲਿੰਗ ਵਾਲੇ ਹੈੱਡਫੋਨ ਲੈ ਦੇ, ਅਦਰਵਾਈਜ਼ ਤੇ ਮੈਂ ਮੱਠਾ ਹੀ ਚਲਾ ਸਕਦਾ ਇਹਨੂੰ ਕਿ ਬਹੁਤ ਜ਼ਿਆਦਾ ਵਾਈਬ੍ਰੇਸ਼ਨ ਹਾਈ ਹੁੰਦੀ। ਤੇ ਵਿੱਕੀ ਸਾਹਿਬ ਰਿਆ ਕੇ ਨੇੜਾ ਕੇ ਦਿਖਾਈ ਕਿ ਜਿਹਨੂੰ ਕਹਿੰਦੇ ਨਾ ਕਿ ਸ਼ੌਂਕ ਦਾ ਬਈ ਮੁੱਲ ਨਹੀਂ ਹੁੰਦਾ, ਤੇ ਇੱਕ ਹੁੰਦਾ ਸਾਰੇ ਮਿਊਜ਼ਿਕ ਸਿਸਟਮ ਤੇ ਕੋਈ ਬੰਦਾ ਕਹਿੰਦਾ ਬਈ 70,000 ਲੱਗ ਗਿਆ, ਹਾਂਜੀ ਹਾਂਜੀ, ਲੱਖ ਲੱਗ ਗਿਆ। ਹਾਂਜੀ, ਇੱਕ ਬੂਫਰ ਦਾ ਰੇਟ ਦੱਸਿਓ ਕਿੰਨਾ ਆ? 95,000 ਹੈ ਭਾਜੀ। 95,000 ਦਾ? ਹਾਂਜੀ, ਇੱਕ ਬੂਫਰ ਆ ਤੇ 48 ਕਿਲੋ ਇਹਦਾ ਵਜ਼ਨ ਆ। ਦੋ ਕਿਸੇ ਟਰੈਕਟਰ ਤੇ ਲੱਗੇ ਹੋਏ ਇੱਥੇ ਆਪਣੇ ਤੇ ਆ। ਇਹ ਪਹਿਲਾ ਟਰੈਕਟਰ ਪੰਜਾਬ ਦਾ ਕਹਿ ਸਕਦੇ ਨੇ ਕਿ ਜਿਹਦੇ ਉੱਤੇ 95,000 ਦਾ ਇੱਕ ਬੂਫਰ ਆ ਤੇ ਲਾਏ ਵੀ ਦੋ ਨੇ। ਦੋ ਲਾਏ ਆ। ਤੇ ਇਦਾਂ ਦੇ ਬੰਦੇ ਆ ਕਿ ਇੱਕ ਬੰਦਾ ਉੱਤੇ ਬਹਿ ਗਿਆ ਤਾਂ ਬਾਈ ਖੜ ਨਹੀਂ ਦਿੰਦੇ ਇਹ। ਨਹੀਂ ਨਹੀਂ ਖੜ ਦਿੰਦਾ ਨਹੀਂ। ਤੇ ਜਦੋਂ ਟਰੈਕਟਰ ਸਟਾਰਟ ਕਰਦੇ ਆ ਤੇ ਫੇਰ ਸੱਜ ਕਿਤੇ ਚੱਲਦੇ ਵੀ ਨਹੀਂ ਹੋਣੇ? ਨਹੀਂ ਜੀ, ਇਹ ਤਾਂ ਆਰਪੀਐਮ ਵਧਾ ਕੇ ਰੱਖਣਾ ਪੈਂਦਾ ਥੋੜਾ ਜਿਹਾ, ਫਿਰ ਜਾ ਕੇ ਚੱਕਦੇ ਆ, ਨਹੀਂ ਤਾਂ ਉਹ ਕਹਿੰਦੇ ਇਹ ਨਹੀਂ ਕਿ ਕਿਤੇ ਸੈਲਫ ਮਾਰੀ ਦਾ ਸਭ ਆਨ ਕਰਤੇ ਸਿਸਟਮ ਵੀ ਉੱਡ ਸਕਦਾ ਸਾਰਾ। ਅੱਛਾ, ਸਾਰਾ ਕੁਝ ਹੀ ਉੱਡਦਾ, ਫਿਰ ਕਿੰਨਾ ਖਰਚਾ ਲੱਗ ਸਕਦਾ ਉੱਥੇ? ਹਾਂ, ਇਹ ਤਾਂ ਫਿਰ ਉਨਾ ਹੀ ਫਿਰ ਦੁਬਾਰਾ ਆਇਆ ਜਿੰਨਾ ਪਹਿਲਾਂ ਲਾਇਆ। ਅੱਛਾ, ਮਤਲਬ ਇਹ ਵੀ ਇਤਿਹਾਸ ਜੀ ਨਾਲ ਚਲਾਉਣੇ ਪੈਣੇ ਹਨਾ? ਹਾਂਜੀ ਹਾਂ। ਤੇ ਉਦੋਂ ਬਾਅਦ ਬਾਈ ਜੀ ਇੱਥੇ ਆ ਜਾ ਵਿੱਕੀ ਸਿੰਘ, ਆਹ ਫਰੇਮ 'ਚ ਲੈ ਲਾ ਵੀ ਇੰਨਾ, ਇੱਕ ਤਾਂ ਬਾਪੂ ਜੀ ਦੀ ਫੋਟੋ ਲਵਾ ਦਿੱਤੀ। ਹਾਂਜੀ ਹਾਂਜੀ, ਫਾਦਰ ਸਾਹਿਬ, ਠੀਕ ਆ ਜੀ। ਤੇ ਬਾਕੀ ਇੱਕ ਇੱਕ ਦੋ ਤਿੰਨ ਚਾਰ ਪੰਜ ਛੇ ਤੇ ਸੱਤ, ਸੱਤ ਸਪੀਕਰ ਲੱਗੇ ਨੇ ਕਿ ਜ਼ਿਆਦਾ ਨੇ? ਅੱਠ ਲੱਗੇ ਨੇ ਟੋਟਲ। ਤੇ ਇਹ ਵੀ ਲੱਗੇ, ਇਹ ਕਾਹਦੇ ਨੇ ਬਾਈ ਜੀ? ਇਹ ਬ੍ਰਦਰ ਉਹਨੀ ਚਾਰ ਲਾਏ ਆ ਮਿਡ 8 ਇੰਚ ਦੇ। ਹਾਂਜੀ, ਤੇ ਚਾਰ ਲਾਏ ਆ 6 ਦੇ। ਅੱਛਾ, ਉਹ ਥੋੜਾ ਜਿਹਾ ਕਿ ਸਬ ਦੇ ਨਾਲ ਮੈਚ ਕਰ ਸਕੇ ਸਾਊਂਡ, ਇਹ ਨਾ ਹੋਵੇ ਕਿ ਸਬ ਓਵਰ ਪਾਵਰ ਹੋ ਜਾਣ ਤੇ ਸਾਊਂਡ ਤੁਹਾਡਾ ਵਿਦ ਸਿੰਕ ਨਾ ਕਰੇ। ਤੋ ਇਸ ਕਰਕੇ ਬਾਈ ਨੇ ਲਾਏ ਕਿ ਤੁਹਾਡੀ ਜਿਹੜੀ ਸਾਊਂਡ ਸਬ ਹੈ ਦੋਨੇ ਇੱਕ ਬੈਲੈਂਸ ਰਹਿਣ, ਇਹ ਨਾ ਹੋਵੇ ਕਿ ਇੱਕ ਆਊਟ ਹੋ ਜਾਵੇ ਕਿੰਨ, ਨਹੀਂ ਤਾਂ ਫਿਰ ਸਬ ਲਾਊਡ ਪਾ ਜਾਣੇ ਤੇ ਆਪਣੀ ਦੂਜੇ ਸਪੀਕਰਾਂ ਦੀ ਆਵਾਜ਼ ਬਣਨੀ ਨਹੀਂ ਸੀਗੀ। ਤੋ ਤਾਂ ਕਰਕੇ ਬਾਈ ਨੇ ਫਿਰ 8 ਲਾਏ। ਤੇ ਇਹਨਾਂ ਦੀ ਆਡੀਓ ਜਿਹੜੀ ਆਪਾਂ ਨਾਰਮਲੀ ਆਪਣੇ ਵਰਤਦੇ ਆ ਨਾ ਸਪੀਕਰ, ਹੋਰ ਵੀ ਉਹ ਇੱਕ ਆਪਣੇ ਪੰਜਾਬੀ 'ਚ ਕਹਿੰਦੇ ਉਹ ਆਂਡੇ ਵਾਲੇ ਲਾਤੇ ਯਾਰ। ਹਾਂਜੀ ਹਾਂਜੀ, ਤੇ ਇਹਨਾਂ ਦੀ ਦੋਚ ਫਰਕ ਕੀ ਆ ਫਿਰ? ਇਹ ਬਾਈ ਜੀ ਡੈਫ ਬੋਨਸ ਦੇ ਆ ਭਾਜੀ, ਹੁਣੀ ਲਾਏ। ਇਹ 180 ਆਰ ਐਮ ਐਸ ਦਾ ਇੱਕ ਆ ਜਿਹੜਾ 8 ਇੰਚ ਦਾ, ਤੇ ਜਿਹੜਾ ਦੂਜਾ ਉਹ 120 ਆਰ ਐਮ ਐਸ ਦਾ। ਜੇ ਆਪਾਂ ਦੂਜਿਆਂ ਨਾਲ ਕੰਪੇਅਰ ਕਰੀਏ ਫਿਰ ਉਹਨਾਂ ਨੂੰ ਥੋੜੀ ਆਊਟਪੁੱਟ ਵਧੀਆ ਆ, ਕਲੀਅਰ ਦਿੰਦੇ ਕੁਆਲਿਟੀ ਵਾਈਜ਼, ਤੇ ਥੋੜੇ ਲਾਊਡ ਆ, ਯਾਨੀ ਕਿ ਜਿਹਦਾ ਲਾਊਡ ਬੇਸ ਟਾਈਪ ਦੇ ਵਿੱਚ ਆਉਂਦਾ। ਬੇਸ ਟਾਈਪ ਜੀ, ਆਪਾਂ ਅੰਨੀ ਆਵਾਜ਼ ਵੀ ਛੱਡ ਦਿੰਦੇ ਹਾਂ, ਖੱਜਲ ਨਹੀਂ ਕਰੂਗੇ ਅਗਲੇ ਬੰਦੇ ਦੇ ਕੰਨ ਨਹੀਂ ਪਾੜੂਗੇ, ਤੇ ਕਲੀਅਰ ਕ੍ਰਿਸਪ ਤੁਹਾਨੂੰ ਵਰਡ ਸੁਣਨਗੇ। ਹਾਂ, ਤੇ ਜੇ ਆਪਾਂ ਇਕੱਲੇ ਮਿਊਜ਼ਿਕ ਸਿਸਟਮ ਦੀ ਗੱਲ ਕਰਦੇ ਆ ਭਾਜੀ, ਸੀਡੀ ਇਹਦੀ ਇੱਥੋਂ ਲਈ ਕਿ ਉਹ ਵੀ ਬਾਹਰੋਂ ਆਈ? ਫਿਰ ਉਹ ਬਾਹਰੋਂ ਭਾਜੀ, ਉਹ ਬਾਹਰੋਂ, ਉਹ ਕਿਹੜੀ ਕੰਪਨੀ? ਪਾਇਨੀਅਰ ਦੀ ਲੈ ਕੇ ਆਏ ਉਹ? ਉਹ ਪਾਇਨੀਅਰ ਦੀ ਲਾਤੀ DX, ਆਈ ਥਿੰਕ 230 ਪਤਾ ਨਹੀਂ ਕਿਹੜੀ, ਮੈਂ ਯਾਦ ਭੁੱਲ ਗਿਆ। ਵੈਸੇ ਤੁਹਾਨੂੰ ਆ ਮਿਊਜ਼ਿਕ ਦਾ ਸ਼ੌਂਕ ਬਾਹਲਾ ਆ ਨਾ? ਸ਼ੁਰੂ ਤੋਂ ਆ। ਹਾਂਜੀ, ਬਾਕੀ ਗੱਡੀਆਂ ਦੇ ਵਿੱਚ ਵੀ ਸਾਰੀਆਂ ਚਲਵਾ ਰੱਖੇ ਆ, ਪਰ ਇੱਥੇ ਥੋੜਾ ਜਿਹਾ ਸੀਗਾ ਕਿ ਥੋੜਾ ਵੱਡਾ ਜਿਹਾ ਥੋੜਾ ਕਰਾ ਲਈਏ। ਜਦੋਂ ਆਪਣੇ ਜਟਵੈੜ ਲਾਉਂਦੇ ਨੇ ਨਾ ਟਰੈਕਟਰ ਲੈ ਕੇ ਆਉਂਦੇ ਨਵਾਂ, ਉਹ ਕਹਿੰਦੇ ਜੱਟਾ ਸਭ ਲਵਾਉਣਾ, ਸਭ ਸਹੀ ਗੱਲ, ਟੱਚ ਸੀਡੀ ਲਵਾਉਣੀ, ਸਾਨੂੰ ਤਾਂ ਇੰਨਾ ਪਤਾ ਹੁੰਦਾ ਪਰ ਇੰਨੀ ਨੌਲੇਜ ਨਹੀਂ ਹੁੰਦੀ ਆ, ਇੰਨੇ ਆਰਐਮਐਸ ਆ, ਇੰਨੀ ਪੀ ਕੇ ਆ, ਐਂ ਤਾਂ ਕਿਸੇ ਨੂੰ ਘੱਟ ਪਤਾ। ਮੈਂ ਨਾ ਬ੍ਰਦਰ US ਗਿਆ ਜਦੋਂ 11 ਸਾਲ ਦਾ ਸੀ ਤੇ ਪੜਿਆ ਉਧਰ ਆ, ਉਹਦੇ ਵਿੱਚ ਫਿਰ ਸ਼ੁਰੂ ਤੋਂ ਸ਼ੌਂਕ ਪੈ ਗਿਆ ਜਦੋਂ ਉਧਰ
ਟੀਨੇਜ ਏਜ ਦੇ ਵਿੱਚ ਸਾਊਂਡ ਵਾਲਾ ਤੇ ਉਧਰ ਬਾਹਰ ਵੀ ਮੈਂ ਗੱਡੀਆਂ ਚਲਵਾਇਆ ਤੇ ਫਿਰ ਮੈਂ ਬਾਈ ਨਾਲ ਇਹੋ ਕੀਤਾ ਮੈਂ ਕਿਹਾ ਇਹ ਨਾ ਹੋਵੇ ਕਿ ਆਪਾਂ ਸਬ ਲਾ ਦਈਏ ਉਹਨਾਂ ਨੂੰ ਵੋਲਟੇਜ ਨਾ ਪੂਰੀ ਜਾਵੇ ਕਿ ਬਾਕਸ ਇਦਾਂ ਦਾ ਨਾ ਕਰ ਦਈਏ ਕਿ ਓਵਰ ਵੱਡਾ ਹੋ ਜਾਵੇ ਜਾਂ ਛੋਟਾ ਹੋ ਜਾਵੇ ਕਿਉਂਕਿ ਫਿਰ ਪੂਰੀ ਪਰਫਾਰਮੈਂਸ ਨਹੀਂ ਦਿੰਦਾ ਤੇ ਉਹ ਫਿਰ ਭਾਜੀ ਨੇ ਕਹਿੰਦਾ ਕਿ ਤੁਸੀਂ ਫਿਕਰ ਨਾ ਕਰੋ ਕਿ ਮੈਂ ਡਿਜ਼ਾਈਨ ਲਊਂਗਾ ਕੰਪਨੀ ਵਾਲਿਆਂ ਤੋਂ ਜਿਹਨਾਂ ਦੀ ਰਸ਼ੀਅਨ ਮੇਡ ਕੰਪਨੀ ਐਵਟਾਰ ਕਿ ਇਹਦੀ ਕਿੰਨੀ ਡਿਮੈਂਸ਼ਨ ਐਗਜੈਕਟ ਚਾਹੀਦੀ ਆ ਉਸ ਹਿਸਾਬ ਨਾਲ ਫਿਰ ਕਰਕੇ ਬਣਾਇਆ ਤੇ ਫਿਰ ਆਵਾਜ਼ ਬਹੁਤ ਕਲੀਅਰ ਬੇਸ ਬਣਦੀ ਆ ਯਾਨੀ ਕਿ ਫੜਦੀ ਨਹੀਂ ਗੀ ਬਾਅਦ ਮਤਲਬ ਸ਼ੌਂਕ ਜਟਣਾ ਵਾਲਾ ਪਰ ਲਾਇਆ ਪੜੇ ਲਿਖਿਆ ਨੂੰ ਮੈਂ ਹਾਂਜੀ ਤੇ ਆਪਾਂ ਇੱਥੇ ਕਰੀਏ ਇਕੱਲੇ 뮤직 ਸਿਸਟਮ ਤੇ ਬਾਕੀ ਟਰੈਕਟਰ ਨੂੰ ਛੱਡੋ ਕਿੰਨਾ ਖਰਚਾ ਆ ਗਿਆ ਇਕੱਲੇ 뮤직 ਸਿਸਟਮ ਤੇ ਤੇ ਭਾਈ 3.5 ਤੋਂ ਉੱਪਰ ਆ ਜੀ 3.5 ਲੱਖ ਤੋਂ ਉੱਪਰ ਉੱਪਰ ਆ ਹਾਂਜੀ ਤੇ ਕਈ ਵਾਰੀ ਬੰਦਾ ਕਹਿੰਦਾ ਨਾ ਬਾਈ ਘਰੇ ਛੋਟਾ ਟਰੈਕਟਰ ਲੈਣਾ ਆ ਤਾਂ ਬਾਈ ਮੋਗੇ ਮੰਡੀ ਚੱਲ ਜਾਓ 3.5 ਲੱਖ 'ਚ ਟਰੈਕਟਰ ਆ ਜਾਂਦਾ ਹਾਂਜੀ ਹਾਂਜੀ ਤੇ 3.5 ਲੱਖ ਦਾ ਇਕੱਲਾ ਇਹ ਲੱਗ ਗਿਆ ਉੱਤੇ ਤੇ ਹੁਣ ਤੱਕ ਵੱਧ ਤੋਂ ਵੱਧ ਮਹਿੰਗਾ ਆਪਦੀ ਗੱਡੀ ਜਾਪਦੇ ਕਿਸੇ ਟਰੈਕਟਰ ਤੇ ਇਦੂ ਘੱਟ ਕਹਿ ਦਈਏ ਕਿਹੜਾ 뮤직 ਸਿਸਟਮ ਲਾਇਆ ਹੋਊਗਾ ਉਹ ਇਦੂ ਥੱਲੇ ਲੱਗੇ ਐਡਾ ਤਾਂ ਥੱਲੇ ਲੱਗੇ ਥੱਲੇ ਐਡਾ ਤਾਂ ਨਹੀਂ ਕੋਈ ਹੱਲੇ ਲਾਇਆ ਅੱਛਾ ਇਹੋ ਹੀ ਆ ਲੇਕਿਨ ਜਿਹੜਾ ਆਪਾਂ ਇੰਨੇ ਕੋਲ ਵਾਲਾ ਬਾਕੀ ਤਾਂ ਸਿੰਪਲ ਇੱਕ ਇੱਕ ਸਬ ਰਖਾਏ ਆ ਪਰ ਇੱਥੇ ਫਿਰ ਸਪੇਸ ਸੀਗੀ ਤੇ ਮੈਂ ਕਿਹਾ ਕਿਉਂ ਨਹੀਂ ਅੱਛਾ ਲਾ ਦੇ ਹਾਂਜੀ ਹਾਂਜੀ ਨਹੀਂ ਤਾਂ ਫਿਰ ਗੱਡੀਆਂ ਦੇ ਵਿੱਚ ਸੀਟਾਂ ਕੱਢਣੀਆਂ ਪੈਂਦੀਆਂ ਜੇ ਬਾਕਸ ਵੱਡਾ ਬਣਾਉਣਾ ਉਹਦਾ ਕੋਈ ਫਾਇਦਾ ਨਹੀਂ ਫਿਰ ਤੇ ਬਾਕੀ ਇਹਨੂੰ ਚਲਾ ਕੇ ਕਿਤੇ ਪਿੰਡ ਪੁੰਡ 'ਚ ਗੇੜੀ ਮਾਰ ਕੇ ਦੇਖੀ ਜਦੋਂ ਆਪਣੇ ਜੱਟਾਂ ਦੇ ਘਰੇ ਕੋਈ ਸੰਦ ਆਉਂਦਾ ਆ ਅਗਲੇ ਦੇਖਣ ਆਉਂਦੇ ਨੇ ਹੈ ਗੇੜੀ ਜੀ ਮਾਰੀ ਆ ਬਸ ਫਿਰ ਖਿੱਚਦਾ ਕੇਂਦਰੀ ਬਣਦਾ ਬਣਦਾ ਆ ਬਣਦਾ ਜੀ ਤੇ ਹੁਣ ਤੱਕ ਇਹਨੂੰ ਕਿੱਥੇ ਖੜਾ ਕਰਕੇ ਦੇਖ ਲਿਆ ਕਿ ਯਾਰ ਜਿੱਥੇ ਖੜਾ ਕਰਤਾ ਦੁਨੀਆ ਇਕੱਠੀ ਹੋ ਗਈ ਇਹ ਜੀ ਭੋਗਪੁਰ ਵਾਲਾ ਸੀ ਗੇੜੀ ਲਾ ਕੇ ਸਾਡੇ ਲਾਗੇ ਪੈਂਦਾ ਕਸਬਾ ਭੋਗਪੁਰ ਉੱਥੇ ਬਸ ਇੰਨਾ ਸੀਗਾ ਕੱਲ ਦੋ ਤਿੰਨ ਜਣੇ ਰੋਕ ਕੇ ਕਹਿੰਦੇ ਯਾਰ ਫੋਟੋ ਕਰਾਉਣੀ ਆ ਅੱਛਾ ਤੇ ਮੈਂ ਕਿਹਾ ਵੀ ਮੁੱਲ ਮੁੜ ਗਿਆ ਕਿ ਪੈਸੇ ਪੂਰੇ ਹੋ ਗਏ ਪੈਸੇ ਪੂਰੇ ਹੋ ਗਏ ਕਿ ਗੇੜੀ ਦਾ ਮੁੱਲ ਮੁੜ ਗਿਆ ਮੁੜ ਗਿਆ ਜੀ ਮੁੜ ਗਿਆ ਤੇ ਇਸ ਤੋਂ ਬਾਅਦ ਆਹ ਲਾਈਟਾਂ ਜਿਹੜੀਆਂ ਨੇ ਇਹ ਵੀ ਭਾਜੀ ਬਾਹਰੋਂ ਹੀ ਆ ਜਿੱਦਾਂ ਕਹਿ ਲਓ ਕਿ ਓਰੀਜਨਲ ਮੰਗਾਈਆਂ ਹੋਈਆਂ ਤੇ ਇਹਨਾਂ ਦੀ ਬ੍ਰਾਈਟਨੈਸ ਵੀ ਪੂਰੀ ਆ ਅੱਛਾ ਹਾਂਜੀ ਇਹ ਵੀ ਜੇ ਬੰਦਾ ਮੂਹਰੇ ਖੜਾ ਹੋਵੇ ਇੰਨਾ ਕਰਨ ਵਾਲਾ ਹੀ ਕੰਮ ਆ ਇਹ ਐ ਪਰ ਐ ਕਿ ਖਿੱਲਰ ਦੀ ਨਹੀਂ ਹੋਊਗੀ ਜਿਵੇਂ ਨਾ ਦੂਜੀ ਵਾਲੀ ਸਪੀਡ ਆ ਜਿੱਦਾਂ ਸਪੋਟ ਆ ਸਪੋਟ ਤੇ ਵੱਜ ਰਿਹਾ ਕਿ ਉਰੇ ਪਰੇ ਖੜੇ ਆ ਤਾਂ ਫੇਰ ਤੰਗ ਨਹੀਂ ਕਰਦਾ ਹਾਂਜੀ ਨਹੀਂ ਜੀ ਤੇ ਜੇ ਕਿਸੇ ਨੇ ਮੰਗਾਉਣੀ ਹੋਵੇ ਤਾਂ ਹੈਗਾ ਇੰਨੇ ਕਿ ਚ ਮਿਲ ਜਾਂਦੀ ਹੋਊਗੀ ਇਹ ਉਧਰੋਂ $300 ਦੀਆਂ ਪੈਂਦੀਆਂ ਭਾਜੀ $300 US ਦੇ ਹਿਸਾਬ ਨਾਲ US ਦੇ ਹਿਸਾਬ ਨਾਲ ਕੋਈ ਇਧਰ 25,000 82 ਦੇ ਹਿਸਾਬ ਨਾਲ ਤੁਸੀਂ ਕਨਵਰਟ ਕਰ ਲਿਓ ਪਿੱਛੇ ਆਹਾ ਲੱਗ ਗਿਆ 13-13 ਇਹ ਜੀ ਸਾਡਾ ਜਿਹੜਾ ਕਹਿ ਲੋ ਬਾਬੇ ਨਾਨਕ ਲੱਕੀ ਚੱਲਦਾ ਫਿਰ ਸਾਰੀਆਂ ਗੱਡੀਆਂ ਦਾ ਆਪਣਾ ਇਹੋ ਹੀ ਆ ਅੱਛਾ ਫੋਰਚੂਨਰ ਦਾ ਵੀ ਇਹੋ ਹੀ ਆ ਮੇਰੀਆਂ ਬਾਹਰ ਗੱਡੀਆਂ ਦਾ ਵੀ ਇਹੋ ਹੀ ਨੰਬਰ ਆ ਟਰੈਕਟਰ ਦਾ ਵੀ ਇਹੋ ਹੀ ਲਿਆ ਅੱਛਾ ਕੋਸ਼ਿਸ਼ ਆ ਕਿ ਜੇ ਮਹਾਰਾਜ ਨੇ ਕੀ ਚਾਹੇ ਤਾਂ ਗਾਂ ਗੱਡੀਆਂ ਦਾ ਨੰਬਰ ਇਹੋ ਹੀ ਰੱਖਣਾ 13-13 ਇਹਦਾ ਵੇਟ ਕਰਕੇ ਦੇਖਿਆ ਗਿਆ ਇਹਦਾ ਕਿੰਨਾ ਆਲਮੋਸਟ ਹੋ ਗਿਆ ਇੱਕ ਜੇ ਬਾਕਸ ਤੋਂ ਬਗੈਰ ਕਰੀਏ ਸਾਰੀ ਸਬਾਂ ਤੋਂ ਕੱਲੇ ਬਾਕਸ ਦਾ ਹੀ ਮੇਰਾ ਖਿਆਲ ਭਾਜੀ ਕਹਿੰਦਾ ਕੁਆਂਟਲ ਤੋਂ ਉੱਪਰ ਦਾ ਵੇਟ ਕੁਆਂਟਲ ਤੋਂ ਉੱਪਰ ਉਹਦਾ ਉਹਨੇ ਜਦੋਂ ਲਾਇਆ ਸੀ ਜੈਕ ਜੁਕ ਲਾ ਕੇ ਫਿੱਟ ਕੀਤਾ ਸੀਗਾ ਫਿਰ ਉਸ ਤੋਂ ਬਾਅਦ ਇਹ ਚੈਂਪ ਵੀ ਲੱਗ ਗਏ ਐਂਪ ਵੀ ਸਪੀਕਰ ਵੀ ਹੁਣ ਤਾਂ ਜੀ ਇਹ ਹੈਵੀ ਵੇਟ ਹੈ ਤਾਂ ਕਹਿ ਲਓ ਕਿ ਕੁਆਂਟਲ ਉਹਨਾਂ ਦਾ ਹੋ ਗਿਆ ਤੇ ਕੁਆਂਟਲ ਇਹਦਾ ਉਹ ਪਾਵੋਗੇ 2.5 ਕੁਆਂਟਲ ਪਲੱਸ ਆ ਤੇ ਮਤਲਬ ਟਰੈਕਟਰ ਦੇ ਮੋਹਰੇ ਫਿਰ ਵੇਟ ਵੱਧ ਪਾਉਣੇ ਪੈਣਗੇ ਜੇ ਮਾੜਾ ਟਰੈਕਟਰ ਹੈਗਾ ਹੈ ਨਾ ਤੇ ਫਿਰ ਐਂਪ ਕਿਹੜੇ ਲੱਗੇ ਬਾਈ ਜੀ ਇਹਚ ਭਾਜੀ ਦੋ ਲੱਗੇ ਆ ਮੋਨੋ ਇੱਕ ਇੱਕ ਸਭ ਨੂੰ ਚਲਾਉਣ ਨੂੰ ਅੱਛਾ ਉਹ ਹੈਗੇ ਆ 4900 ਆਲਮੋਸਟ 5000 ਵਾਟ ਦੇ ਅੱਛਾ ਤੇ ਉਹ ਇੱਕ ਸਭ ਨੂੰ ਹੈਂਡਲ ਕਰਦੇ ਦੋ 4 ਚੈਨਲ ਆ ਅੱਛਾ ਉਹ 4 ਚੈਨਲ ਜਿਹੜੇ ਉਹ ਇੱਕ ਜਿਹੜੇ 4 ਮਿੰਟਾਂ ਉਹਨਾਂ ਨੂੰ ਤੇ ਦੂਜਾ ਦੂਜੀਆਂ 4 ਮਤਲਬ ਕਿ ਸਿੱਧਾ ਤੁਹਾਡੇ ਐਂਪਲੀਫਾਇਰ ਲੱਗ ਗਏ ਇਹਦੇ ਵਿੱਚ ਸਿੱਧੇ ਸਿੱਧੇ ਹਾਂਜੀ ਹਾਂਜੀ ਤੇ ਮਤਲਬ ਬਾਈ ਇੰਨਾ ਕੁਛ ਸੰਦ ਸੇੜਾ ਇਹਦੇ ਵਿੱਚ ਲੱਗਿਆ ਹੋਇਆ ਹੈ ਕਿ ਐ ਨਹੀਂ ਕਿ ਬੰਦ ਪੇਟੀ ਦੇਖ ਕੇ ਕਹਿ ਦੇ ਬਾਈ ਇਹ ਚ ਪਤਾ ਨਹੀਂ ਕੀ ਲਾਇਆ ਹੋਣਾ ਫਿਰ ਉਹ ਬੈਕਅਪ ਕੈਮਰਾ ਲਵਾਇਆ ਹੋਇਆ ਆ ਅੱਛਾ ਇੱਕ ਸਕਰੀਨ ਅੱਗੇ ਆਪਾਂ ਫਰੰਟ ਤੇ ਡਿਸਪਲੇ ਕੀਤੀ ਹੈ ਤਾਂ ਲਈ ਹੋਈ ਆ ਹਾਂਜੀ ਹਾਂਜੀ ਅੱਛਾ ਕਿ ਦੇਖਦਾ ਨਹੀਂ ਇਹਦੇ ਕਰਕੇ ਉਹ ਫਿਰ ਕਈ ਵਾਰੀ ਇਹ ਕੁਆਲਿਟੀ 160 ਕੈਮਰਾ ਆ ਅੱਛਾ ਇਹ ਆਪਣੇ ਨਾ ਇੱਥੇ ਬੰਦੇ ਨੂੰ ਖੜੇ ਨੂੰ ਵੀ ਸ਼ੋਅ ਕਰਦਾ ਹੈ ਕਿ ਕੋਈ ਨਾ ਕੋਈ ਬੰਦਾ ਇੱਥੇ ਖੜਾ ਆ ਉਹ ਤਾਂ ਕਰਾਇਆ ਕਿ ਕਈ ਵਾਰੀ ਬੰਦਾ ਅਣਗੋਲੀ ਕਰਦਾ ਫਿਰ ਔਨ ਰੱਖੀਦਾ ਹਰ ਵੇਲੇ ਠੀਕ ਹੈ ਬੰਦੇ ਨੂੰ ਪਤਾ ਹੋਵੇ ਪਿੱਛੇ ਕੋਈ ਖੜਾ ਤਾਂ ਨਹੀਂ ਕੋਈ ਹੈ ਤਾਂ ਨਹੀਂਗਾ ਅੱਛਾ ਐ ਆ ਕਿ ਜੇ ਇਸ ਪਾਸੇ ਸ਼ੌਂਕ ਪੂਰਾ ਕੀਤਾ ਸੇਫਟੀ ਵੀ ਪੂਰੀ ਉਹਦੀ ਕਰਦੀ ਹੈ ਵੈਸੇ ਉਹਦਾ ਭਾਜੀ ਇੰਨਾ ਕੁਝ ਕਰਨ ਤੋਂ ਬਾਅਦ ਐ ਤਾਂ ਨਹੀਂ ਲੱਗਦਾ ਕਿ ਯਾਰ ਜੱਟਾ ਹੁਣ ਕੋਈ ਰਹਿ ਗਿਆ ਕਰਨੇ ਵਾਲਾ ਹਲੇ ਤਾਂ ਮੈਂ ਕਹਿੰਦਾ ਭਾਜੀ ਤੋਂ ਖਿੱਚ ਖਿੱਚ ਕੇ ਲਿਆਂਦਾ ਕਿ ਅਸੀਂ ਹੁਣੇ ਮੱਲੇ ਦੀ ਤਿਆਰੀ ਕਰਦੇ ਤੇ ਯਾਰ ਜੀ ਹਲੇ ਰਹਿੰਦੀ ਆ ਬਾਕੀ ਆਲਮੋਸਟ ਉਹ ਨਹੀਂ ਕਿ ਕਰ ਦਿੱਤਾ ਜਿੱਦਾਂ ਉਹ ਸ਼ੀਸ਼ੇ ਦਾ ਸੀਗਾ ਫਰੇਮਿੰਗ ਕਰਨੀ ਅੱਛਾ ਪਰਲੇ ਮੈਨੇ ਇੱਕ ਸਟੈਪ ਲਾਉਣਾ ਸੀਗਾ
ਤੇ ਬੈਕ ਲਾਈਟਾਂ ਲਾਉਣੀਆਂ ਇੱਕ ਪਿੱਛੇ ਨੂੰ ਅੱਛਾ ਉਹ ਵੀ ਲਾਉਣੀਆਂ ਹਜੇ ਤੇ ਸੀਟ ਇਹਦੀ ਵੀ ਆਹ ਜਿਹੜੀ ਪਿੱਛੋਂ ਆਈ ਸੀ ਕੰਪਨੀ ਤੋਂ ਉਹ ਵੀ ਲੱਗੀ ਹੋਈ ਓਰੀਜਨਲ ਹੀ ਆ ਜੀ ਉਹ ਚੇਂਜ ਕਰਨੀ ਆ ਹਜੇ ਨਹੀਂ ਹੱਲੇ ਤਾਂ ਦੇਖਦੇ ਇਹੋ ਹੀ ਰੱਖਦੇ ਆ ਅੱਛਾ ਕੋਈ ਪਤਾ ਨਹੀਂਗਾ ਕਿ ਮੋਡੀਫਿਕੇਸ਼ਨ ਹੁੰਦੀ ਰਹਿੰਦੀ ਤੈਨੂੰ ਪਤਾ ਹਜੇ ਸ਼ੌਂਕ ਆ ਹਜੇ ਇਹਦੇ ਤੇ ਹੋਰ ਬਟਨ ਬਟਨ ਪਾਈ ਕਰਾਂਗੇ ਤੇ ਉਦੋਂ ਬਾਅਦ ਆ ਕੀ ਵਿਕੀ ਹੋਏ ਉਰੇ ਉਰੇ ਇੱਥੇ ਆ ਜਾ ਇੱਕ ਤਾਂ ਸਾਡਾ ਬੰਦਾ ਵੀ ਪਛਾਣ ਨਹੀਂ ਸਕਦਾ ਆਹ ਦਿਖਾ ਦੇ ਕਿ ਆਹ ਬਾਈ ਇਹ ਬਾਈ ਬੇਟਾ ਵਾਲਿਆਂ ਦਾ ਹਾਰਨ ਬਲਾਸਟ ਕੰਪਨੀ ਆ ਜਿਹੜੀ ਬਾਹਰ ਟ੍ਰੇਨ ਹਾਰਨਸ ਨੂੰ ਕੰਪਰੈਸਰ ਸਪੈਸ਼ਲ ਬਣਾ ਕੇ ਦਿੰਦੇ ਆ ਤੇ ਉਧਰੋਂ ਮੈਂ ਲੈ ਕੇ ਆਂਦਾ ਫਿਰ ਇਹ ਕਨੈਕਟਡ ਕੀਤਾ ਭਾਈ ਹੁਣ ਟਰੱਕ ਲਈ ਹੋਸ ਪਾ ਕੇ 에ਅਰ ਟੈਂਕ ਨਾਲ ਅੱਛਾ ਉਹ ਥੱਲੇ ਟੈਂਕੀ ਲੱਗੀ ਹੈ ਤੇ ਆਟੋ ਫਿਲ ਕਰਦਾ ਰਹਿੰਦਾ ਆ ਅੱਛਾ 에ਅਰ ਹਾਰਨ ਦਾ ਆਪਾਂ ਬੰਪਰ ਵੀ ਥੱਲੇ ਅੰਨੇ ਲਵਾਏ ਹੋਏ ਆ ਅੱਛਾ ਤੇ ਜਦੋਂ ਲੇ ਹੋਣਾ ਇਹਨੇ ਆਪੇ ਫਿਲ ਕਰਕੇ ਆਫ ਹੋ ਜਾਣਾ ਅੱਛਾ ਤੇ ਇਹ $300 ਦਾ ਉਧਰੋਂ ਪਿਆ ਸੀਗਾ ਪਰ ਇਹ ਲੋ ਜਮੀਨਸ ਛੋਟੇ ਸਾਈਜ਼ ਵਾਲੇ ਤੋਂ ਵੱਡੇ ਵਾਲੇ ਵੀ ਆਉਂਦੇ ਆ ਉਹ ਨੀਡ ਨਹੀਂ ਸੀ ਆਪਾਂ ਨੂੰ ਅੱਛਾ ਤੇ ਉਹ ਫਿਰ ਉਹ ਲਵਾਇਆ ਹੋਇਆ ਇਹਦੀ ਹਾਂਜੀ ਵੈਸੇ ਉਹ ਨਾਰਮਲੀ ਉੱਥੇ ਕਾਰਾਂ ਟਰੱਕਾਂ ਦੇ ਵਿੱਚ ਵੀ ਵਰਤ ਹੁੰਦਾ ਇਹ ਵਰਤ ਹੁੰਦਾ ਜੀ ਠੀਕ ਹੈ ਜੀ ਹਾਂਜੀ ਇਹ ਕਾਫੀ ਬੰਦਿਆਂ ਨੇ 에ਅਰ ਰਾਈਡਾਂ ਲਵਾਈਆਂ ਜਿੱਦਾਂ ਗੱਡੀਆਂ ਲੋ ਹਾਈ ਕਰਨ ਨੂੰ ਹਾਂਜੀ ਇਹ ਫਿਰ ਉਹਨਾਂ ਨੂੰ ਯੂਜ਼ ਬਹੁਤ ਵਧੀਆ ਕਰਦੇ ਉਹਨਾਂ ਨੇ ਕਹੀ ਨੇ ਤੇ ਤਿੰਨ ਤਿੰਨ ਲਵਾਏ ਆ ਅੱਛਾ ਇਹ ਸਸਪੈਂਸ਼ਨ 'ਚ ਵੀ ਵਰਤ ਹੁੰਦਾ ਸਸਪੈਂਸ਼ਨ ਦੇ ਵਿੱਚ ਵੀ ਵਰਤ ਹੋ ਜਾਂਦਾ ਠੀਕ ਆ ਜੀ ਕਿ ਮਤਲਬ ਬਈ ਇਹ ਆਪਣੇ ਜੀਪਾਂ 'ਚੋਂ ਪਾਲੇ ਬਾਈ ਆ ਜੇ ਤੁਸੀਂ ਇੱਧਰ ਜਗਾੜ ਕੋਈ ਲਾਉਣਾ ਅਮਰੀਕਾ ਵਾਲਾਂ ਨੂੰ ਪਾ ਦਿਓ ਵਗਾਰਾ ਤੇ ਉਦੋਂ ਬਾਅਦ ਹੈ ਵੀ ਕਿਸੇ ਉੱਤੋਂ ਘੁੰਮ ਕੇ ਆ ਜਾ ਕਿ ਆਲਟਰਨੇਟਰ ਵੀ ਇਹਦਾ ਟਰੈਕਟਰ ਦਾ ਡਿਫਰੈਂਟ ਆ ਹਾਂਜੀ ਹਾਂਜੀ ਇਹ ਮੈਕਮੈਨ ਬ੍ਰਾਂਡ ਆ ਜੀ ਇਹ ਬਾਹਰ ਜੀਐਮਸੀ ਜਿਹੜੇ ਵੱਡੇ ਪਿਕਅਪ ਟਰੱਕ ਆ ਜਿਹਦਾ 2500 ਜਾਂ 3500 ਤੇ ਉਹਨਾਂ 'ਚ ਲੱਗਦੇ ਆ ਇਹ ਤੇ 400 ਐਂਪ ਦਾ ਆਇਆ 400 ਦਾ ਪਹਿਲਾਂ ਆਪਾਂ 2 ਸੋਚਿਆ ਸੀ ਲਾਉਣ ਦਾ ਉਹ ਆਊਟਪੁੱਟ ਕਾਫੀ ਜ਼ਿਆਦਾ ਦੇ ਰਹੇ ਸੀਗੇ ਤੇ ਫਿਰ ਭਾਜੀ ਕਹਿੰਦੇ ਬ੍ਰਦਰ ਇੱਕ ਹੀ ਬਹੁਤ ਆ ਕਿਉਂਕਿ ਬੈਲਟ ਸੈੱਟ ਨਹੀਂ ਆ ਰਹੀ ਸੀਗੀ ਤੇ ਇੱਕ ਹੀ ਬਹੁਤ ਨਾਫੇ ਆਏ ਆਲਰੇਡੀ 14.5 ਬਾਟ ਸਿੱਟਦਾ ਆ ਉਦੋਂ ਬਾਅਦ ਫਿਰ ਬਿਜਲੀ ਆ ਕਿ ਇਹਦਾ ਆਮ ਟਰੇਟਰਾਂ ਦੇ 12.13 ਤੱਕ ਮਸੀ ਜਾਂਦੇ ਆ ਤੇ ਇਹ ਆਲਰੇਡੀ ਜਦੋਂ ਆਪਾਂ ਸਟਾਰਟ ਕਰਨਾ ਬਾਈ ਨੇ ਸਪੈਸ਼ਲ ਲਵਾਇਆ ਇੱਥੇ ਡੱਬੀ ਉਹ ਇੱਥੇ ਵੋਲਟੇਜ ਡਿਸਪਲੇ ਹੁੰਦੀ ਆ ਤੇ ਸਟਾਰਟ ਕਰਨ ਤੋਂ 2 ਮਿੰਟ ਬਾਅਦ 14 ਤੇ ਚੱਲ ਜਾਂਦਾ ਫਿਰ ਤੁਸੀਂ ਜਿੰਨਾ ਮਰਜ਼ੀ ਸਾਊਂਡ ਵਜਾਈ ਜਾਓ ਕਿ ਕੋਈ ਤੁਹਾਨੂੰ ਇਹ ਨੀਗਾ ਕਿ ਲੋ ਵੋਲਟੇਜ ਹੋਣ ਕਰਕੇ ਤੁਹਾਡਾ ਐਂਪ ਸੜੂਗਾ ਜਾਂ ਤੁਹਾਡਾ ਸਬ ਸੜ ਜਾਊਗਾ ਹਾਂਜੀ ਕਿ ਮਤਲਬ ਇਹ ਵੀ ਤੁਹਾਨੂੰ ਪਹਿਲਾਂ ਦੇਖਣਾ ਪੈਣਾ ਹੈ ਹਾਂਜੀ ਇਹ ਨਹੀਂ ਕਿ ਆਪਾਂ ਸੈਲਫ ਮਾਰੀ ਤੇ ਸਟਾਰਟ ਕਰਦਾ ਨਹੀਂ ਤਾਂ ਸਿਸਟਮ ਗਿਆ ਅੱਛਾ ਵੇਟ ਕਰਨੀ ਹਾਂਜੀ ਵੇਟ ਕਰਨੀ ਪੈਣੀ ਹੈ ਵੈਸੇ ਬਾਹਰ ਬਾਈ ਜਦੋਂ ਤੁਸੀਂ ਰਹਿੰਦੇ ਆ ਉੱਥੇ ਤਗੜੇ ਤੋਂ ਤਗੜੇ ਸਿਸਟਮ ਕਿੱਦਾਂ ਲੱਗੇ ਉਹ ਦੇਖ ਲਏ ਹੁਣ ਤੱਕ ਤਗੜੇ ਤੋਂ ਤਗੜੇ ਬਾਈ ਮੈਂ ਆਪ ਹੀ ਲਵਾਏ ਆਪਣੇ ਮੇਰੇ ਜੀਐਮਸੀ ਟਰੱਕ ਦੇ ਵਿੱਚ ਆ ਉਹ ਉੱਥੇ ਚੱਲਦਾ ਆ ਜੀਐਲ ਬ੍ਰਾਂਡ ਉਹ ਜੀਐਲ ਬ੍ਰਾਂਡ ਦੇ ਮੈਂ 3 ਸਬ ਲਵਾਏ ਹੋਏ ਆ ਸੀਟ ਦੇ ਥੱਲੇ ਸ਼ੈਲੋ ਵਾਲੇ ਤੇ ਉਹਨਾਂ ਦੇ ਨਾਲ ਸਿੰਗਲ ਸਿੰਗਲ ਮੋਨੋ ਲਵਾਇਆ ਹੋਇਆ ਆ ਅੱਛਾ ਤੇ ਉਹ ਜੇ ਉਧਰ ਕਰੀਏ ਇੱਥੇ ਦੇ ਹਿਸਾਬ ਨਾਲ ਤਾਂ ਉੱਥੇ ਬਹੁਤ ਮਹਿੰਗਾ ਸਿਸਟਮ ਆ ਜੇ ਉਹ ਇੱਥੇ ਲੱਗੇ ਤਾਂ ਬਹੁਤ ਵਧੀਆ ਉੱਥੇ ਮੇਰਾ ਲੱਗਾ ਸੀ $8000 ਦਾ $8000 ਹਾਂਜੀ ਕੋਈ ਇੱਥੇ ਦਾ ਬਣ ਜਾਣਾ ਹੋਈ 5-6 ਲੱਖ ਦਾ ਸਿਸਟਮ ਪਰ ਉਹਦੇ ਵਿੱਚ ਫੋਕਲ ਦੇ ਸਪੀਕਰ ਆ ਟਵੀਟਰ ਆ 10-inch ਐਲਪਾਈਨ ਦੀ ਡਿਸਪਲੇ ਆ ਕਾਫੀ ਚੀਜ਼ਾਂ ਹਾਂ ਉਹ ਮੈਨੂੰ ਇੱਧਰ ਨੂੰ ਬਹੁਤ ਸ਼ੌਂਕ ਆ ਸਾਡੇ ਡੈਡ ਕਿਤੇ ਲਾਈਵ ਹੁੰਦੇ ਤੇ ਉਹ ਉਹਨੇ ਹੁਣ ਕਹਿਣਾ ਸੀਗਾ ਕਿ ਉਹ ਹਰ ਵੇਲੇ ਕਹਿੰਦੇ ਹੁੰਦੇ ਸੀ ਕਿ ਫੋਨ ਖੁੱਲ ਕੇ ਆ ਗਈ ਤੇ ਉਹ ਇੱਦਾਂ ਬਹੁਤ ਟੀਚਰ ਕਰਦੇ ਹੁੰਦੇ ਬਾਪੂ ਹੁਣਾਂ ਨੂੰ ਕਾਹਦਾ ਸ਼ੌਂਕ ਸੀ ਬਾਪੂ ਹੁਣਾਂ ਨੂੰ ਗੰਨਾ ਦਾ ਗੰਨਾ ਹਾਂ ਉਹ ਫਿਰ ਮੇਲਾ ਨਿਕਲੇ ਜਿਦਾਂ ਹੁਣ ਸਾਡੇ ਇੱਥੇ ਸੂਸਾਂ ਦਾ ਮੇਲਾ ਬਹੁਤ ਭਰਦਾ ਮਈ ਚ ਉਹ ਬਸ ਉਹਦੇ ਫਿਰ ਉਦੋਂ ਨੂੰ ਕੁਛ ਹੋਰ ਥੋੜਾ ਜਿਹਾ ਕਰਾਂਗੇ ਕਿ ਥੋੜੀਆਂ ਚੀਜ਼ਾਂ 2-4 ਵੀ ਚੇਂਜ ਕਰ ਪਾਏ ਆਪਾਂ ਪਰ ਓਵਰ ਨਹੀਂ ਕਰਨਾ ਕਈ ਵਾਰੀ ਆਪਣਾ ਟੂ ਮੱਚ ਓਵਰ ਹੋ ਜਾਂਦਾ ਕਿ ਓਵਰ ਮਨਾ ਲੱਗੇ ਜੈਨੂਇਨ ਲੁੱਕ ਲੱਗੇ ਜੇ ਕੁਛ ਕਰੀਏ ਵੈਸੇ ਨਾ ਬਹੁਤ ਜਾਣੇ ਦੇ ਕਮੈਂਟ ਆਉਂਦੇ ਹੁੰਦੇ ਆ ਜਦੋਂ ਆਪਾਂ ਕਹਿੰਦੇ ਕਿ ਬਈ ਸ਼ੌਂਕ ਨੂੰ ਟਰੈਕਟਰ ਲੈ ਲਿਆ ਸ਼ੌਂਕ ਨੂੰ ਉੱਤੇ ਪੈਸੇ ਵੀ ਲਾ ਤੇ ਆਪਦਾ ਸ਼ੌਂਕ ਪੂਰਾ ਕਰ ਲਿਆ ਲੋਕ ਕਹਿੰਦੇ ਨੇ ਬਈ ਜੇ ਇੰਨਾ ਪੈਸਾ ਇਹਨਾਂ ਚੀਜ਼ ਤੇ ਲਾਉਣਾ ਕਿਸੇ ਦੀ ਕੁੜੀ ਵਿਆਹ ਦਿਓ ਹੈ ਉਹ ਕਰਦੇ ਰਹੀਦਾ ਬਾਈ ਕਰਦੇ ਰਹੀਦਾ ਉਹ ਪਿੰਡ ਦੇ ਵਿੱਚ ਅਸੀਂ ਮੇਰਾ ਖਿਆਲ ਹੈ ਕਿ ਸਾਲ ਦੇ ਵਿੱਚ ਮੈਂ ਤੇ ਮੇਰਾ ਬ੍ਰਦਰ ਜ਼ਿਆਦਾਤਰ ਇੱਥੇ ਰਹਿੰਦੇ ਹਾਂ ਘੱਟ ਬਾਹਰ ਰਹਿੰਦੇ ਹਾਂ ਅੱਛਾ ਫਿਰ ਪਿੰਡ ਦੇ ਵਿੱਚ ਜਿੰਨੀ ਕੁ ਵੀ ਸਾਨੂੰ ਹੋ ਸਕੇ ਸਾਡੇ ਵੱਲੋਂ ਕਿਸੇ ਦੇ ਵਿਆਹ ਤੇ ਕਿਸੇ ਦੇ ਐਜੂਕੇਸ਼ਨ ਲਈ ਹੋਰ ਕਿਸੇ ਦੀ ਮਦਦ ਕਰਨੀ ਮੈਡੀਕਲੀ ਤੌਰ ਤੇ ਉਹ ਕਰਦੇ ਰਹੀਦਾ ਸੀ ਅੱਛਾ ਹਾਂਜੀ ਕਿ ਮਤਲਬ ਮੈਂ ਸ਼ੌਂਕ ਵੀ ਪੂਰੇ ਕਰਦੇ ਉਹ ਵੀ ਕਰਦੇ ਕਿ ਬਈ ਜੇ ਕਮੈਂਟ ਕਰ ਕੱਲ ਨੂੰ ਕੋਈ ਬੰਦਾ ਇਹਨਾਂ ਲੰਗੇ ਕਹਿਣਾ ਕਿ ਆਪਣੇ ਤੇ ਕਮਾ ਕੇ ਲਾ ਲਿਆ ਉਹ ਬੰਦੇ ਫਿਰ ਖੁਸ਼ ਹੁੰਦੇ ਕਿ ਬਈ ਇਹ ਸ਼ੌਂਕੀ ਆ ਵੀ ਇਹਦੇ ਨਾਲ ਪਿੰਡ ਦੇ ਨਾਲ ਵਿਕਾਸ ਵੀ ਪਿੰਡ ਦਾ ਤੋਰਿਆ ਹੋਇਆ ਸੋਸਾਇਟੀ ਦਾ ਕੁਛ ਨਾ ਕੁਛ ਕਰਦੇ ਨੇ ਹਾਂਜੀ ਹਾਂਜੀ ਤੇ ਉਦੋਂ ਬਾਅਦ ਆਹ ਟਰੈਕਟਰ ਬਾਈ ਸਾਰਾ ਦਿਖਾਤਾ ਹਨਾ ਤੇ ਹੁਣ ਜੇ ਮੰਨ ਲਓ ਕਿਸੇ ਨੇ ਇਹਦੇ ਨਾਲ ਦਾ ਤਿਆਰ ਕਰਾਉਣਾ ਹੋਵੇ ਕਿਸੇ ਦੇ ਘਰੇ 'ਚ 50-20 ਖੜਿਆ ਅੱਜ 50-30 ਖੜਿਆ 36-30 ਖੜਿਆ ਜਿਹੜਾ ਮਰਜ਼ੀ ਖੜਿਆ ਹਾਂਜੀ ਹਾਂਜੀ ਇਹਦੇ ਨਾਲ ਦਾ ਸਿਸਟਮ ਲਾਉਣਾ ਹੋਵੇ ਪਹਿਲੀ ਦੱਸ ਦਿਓ ਬਾਈ ਜੀ ਕਿ ਆਹ ਸਮਾਨ ਲਵਾ ਲਿਆ ਇੰਨਾ ਕੁ ਜਿਗਰਾ ਕਰ ਲਿਓ ਇੰਨਾ ਕੁ ਟਾਈਮ ਖੜ ਇਹ ਤਾਂ ਕਮਲ ਭਾਈ ਆਟੋ ਲੈਣ ਵਾਲੇ ਉਹਨੇ ਸਾਰਾ ਹੀ ਕਰ ਦੇਣਾ ਜੇ ਬੰਦੇ ਨੇ ਬਸ ਗੁੜ ਪਾਉਣ ਵਾਲਾ ਚਾਹੀਦਾ ਤੇ ਬਾਕੀ ਬਾਈ ਪੈਸੇ ਦੀ ਗੱਲਬਾਤ ਹੈਗੀ ਆ ਕਿ ਤੁਸੀਂ ਕਰ ਸਕਦੇ ਆ ਇੱਕ ਆਹ 36-30 ਅੱਛਾ ਇਹਦੇ ਤੇ ਕਿਹੜਾ ਸਿਸਟਮ ਲਾਤਾ ਫਿਰ ਇਹ ਸਿੰਪਲ ਹੈ ਭਾਈ ਪ੍ਰਾਈਮੀਅਰ ਚੈਂਪੀਅਨ ਦੇ ਲਾਏ ਆ ਦੋ
ਤੇ ਇਹ ਪਾਇਨੀਅਰ ਦੀਆਂ ਆਪਾਂ ਉਹ ਓਵਲ ਸ਼ੇਪ ਜਿਹੜੇ ਆ ਜਿਹੜੇ ਆਪਣੇ ਪੰਜਾਬੀ ਵਾਲੇ ਆਂਡੇ ਕਹਿੰਦੇ ਆਂਡੇ ਆਂਡੇ ਕਹਿੰਦੇ ਜਿਹੜੇ ਹਾਂਜੀ ਹਾਂਜੀ ਉਹ ਚੱਲਦੇ ਇਹ ਫਿਰ ਖੇਤੀ ਬਾਈ ਲਈ ਕਰੀਦਾ ਫਿਰ ਇਹ ਤੇ ਹੈਵੀ ਤਾਂ ਨਹੀਂ ਲਾ ਕੇ ਦਿਸਦਾ ਵੀ ਰਹੇ ਪਿੱਛੇ ਸਾਰਾ ਕੁਛ ਕਿ ਇਹ ਨਾ ਹੋਵੇ ਕਿ ਕਵਰ ਇਹਦੇ ਵਾਂਗੂ ਹੀ ਕਰ ਦਈਏ ਪਰਦੇ ਵਾਂਗੂ ਤੇ ਜਿਵੇਂ ਉਸ ਟਰੈਕਟਰ ਤੇ ਰੀਝ ਲਾਈ ਆ ਕਿ ਹੈ ਵਿੱਕੀ ਸੌਰਿਆ ਕੇ ਦਿਖਾ ਦੀ ਇੱਕ ਹੋਰ ਚੀਜ਼ ਆ ਜੇ ਤੇ ਬਾਈ ਨੇ ਬਾਹਰ ਰੀਝ ਲਾਈ ਹੋਈ ਆ ਟਰਾਲੀ ਹੈ ਹਾਂਜੀ ਡਬਲ ਧੁਰੇ ਵਾਲੀ ਇਹ ਬਣਾ ਲਈ ਇਹ ਤੇ ਕਿੰਨਾ ਖਰਚਾ ਆ ਗਿਆ ਹੁਣ ਤੱਕ ਜੇ ਆਪਾਂ ਦੱਸਣਾ ਹੋਵੇ 3 ਭਾਜੀ 3 ਲੱਖ ਦਾ ਖਰਚਾ ਆ ਗਿਆ ਨਾ ਇਹ ਬਣੀ ਹੋਈ ਆ ਇਹ ਬਿਲ ਗਿਆ ਤਾਂ ਭਾਜੀ ਹੈਪੀ ਭਾਜੀ ਹੁਣੀ ਬਣਾਈ ਹਾਂਜੀ ਉਹਨੇ ਵੀ ਰੀਝ ਜਿੰਨੀ ਡੇਢ ਕਿਹਾ ਸੀ ਉਹਨੇ ਤਾਂ ਨਹੀਂ ਦਿੱਤੀ 5-10 ਦਿਨ ਉੱਪਰ ਹੀ ਕਰਕੇ ਦਿੱਤੀ ਅੱਛਾ ਤੇ ਪਰ ਪਤਾ ਲੱਗਦਾ ਕਿ ਉਹਨੇ ਵੀ ਬਹੁਤ ਸੋਹਣਾ ਕੰਮ ਕੀਤਾ ਇਹਦੇ ਨਾਲ ਦੀਆਂ ਹੁਣ ਟਰਾਲੀਆਂ ਦੇਖੀਆਂ ਇਹਦੇ ਵਿੱਚ ਉਹਨਾਂ ਨਾਲ ਡਿਫਰੈਂਟ ਕੀ ਆ ਇਹ ਡਿਫਰੈਂਟ ਬਾਈ ਨੇ ਟਾਇਰਾਂ ਦਾ ਕਰਾਇਆ ਉਹਨਾਂ ਤੋਂ ਬਾਈ ਹੋਣਾ ਤੋਂ ਅੱਛਾ ਤੇ ਉਹ ਟਾਇਰ ਪਾ ਦਿੰਦੇ ਅੱਜ ਕੱਲ ਜਿਹੜੇ ਕਾਫੀ ਵਾਈਡ ਚੱਲਦੇ ਆ 2 ਫੁੱਟੇ ਉਹ ਬੰਪੀ ਰਾਈਡ ਬਹੁਤ ਦਿੰਦੇ ਆ ਤੇ ਉਹ ਫਿਰ ਆਊਟ ਬਹੁਤ ਰਹਿੰਦੇ ਜਿੱਦਾਂ ਮਗਰਾੜ ਤੋਂ ਮਡਗਾੜ ਤੋਂ ਹਾਂਜੀ ਉਹ ਇਹ ਫਿਰ ਮੈਨੂੰ ਬਹੁਤ ਪਿਆਰੇ ਲੱਗੇ ਇੱਕ ਟਾਇਰ ਪਿਆ ਸੀ ਮੈਂ ਕਿਹਾ ਬਾਈ ਨੂੰ ਵੀ ਇਹਦੇ ਨਾਲ ਦਾ ਟਾਇਰ ਹੀ ਮੈਨੂੰ ਤੁਸੀਂ ਪਾ ਦਿਓ ਦੋਨੇ ਅੱਛਾ ਫਿਰ ਇਹ ਟਾਇਰ ਪਾ ਹਾਂ ਬਾਕੀ ਦੋਨੇ ਸੇਮ ਹੈ ਗਾਂ ਚੇਂਜ ਕਰਾਵਾਂਗੇ ਥੋੜਾ ਜਿਹਾ ਏਅਰ ਰਾਈਡ ਮੇਰਾ ਇਰਾਦਾ ਹੈ ਕਿ ਏਅਰ ਬੈਗ ਥੱਲੇ ਲਵਾਉਣ ਦਾ ਅੱਛਾ ਇੰਨਾ ਫਿਰ ਇਹਦਾ ਹੋਊਗਾ ਕਿ ਉਹ ਰਾਈਡ ਸਮੂਥ ਰਹੂਗੀ ਬਹੁਤ ਤੇ ਵੈਸੇ ਮੇਨ ਪਰਪਸ ਕੀ ਆ ਇਹਨੂੰ ਬਣਾਉਣ ਦਾ ਇਹ ਬਸ ਇਹ ਤੇ ਮੇਲਿਆਂ ਤੇ ਗੇੜੀ ਖੜਨ ਹੋਰ ਕੋਈ ਪਰਪਸ ਨਹੀਂ ਆ ਖੇਤੀ ਆ ਮਸਾ ਵੀ ਠੇਕੇ ਦੀ ਆ ਥੋੜੀ ਵਾਲੀ ਨਹੀਂ ਰੱਖੀ ਜਿੰਨੇ ਲਈ ਇਹਨੇ ਬਾਈ ਦਾ ਬਾਕੀ ਦਿੱਤੀ ਆ ਹਾਂ ਤੇ ਮਤਲਬ ਬਾਈ ਇਹ ਤੇ ਬਣਾਉਣ ਨੂੰ ਕਿੰਨਾ ਦਿਨ ਫੇਰ ਵੀ ਮੈਂ ਭੁੱਲ ਗਿਆ ਇੱਕ ਵਾਰੀ ਫੇਰ ਦੱਸ ਦਿਓ ਇਹ ਬਾਈ 2 ਮਹੀਨੇ ਲੱਗੇ ਭਾਈ ਹੁਣ 2 ਮਹੀਨੇ ਈਜ਼ੀ ਹਾਂਜੀ 2 ਮਹੀਨੇ ਆਰਾਮ ਨਾਲ ਲੱਗਣਗੇ ਜੇ ਇਹਦੇ ਨਾਲ ਦੀ ਬਣਾਉਣੀ ਆ ਤੇ ਸਾਈਜ਼ ਕਿੰਨਾ ਹੈ ਇਹ 5 ਫੁੱਟ ਵਾਈਡ ਚੌੜੀ ਤੇ 10 ਫੁੱਟ ਲੰਬੀ 10 ਫੁੱਟ ਲੰਬੀ ਆ ਹਾਂਜੀ ਤੇ ਮਤਲਬ ਐ ਆ ਕਿ ਕੱਲ ਨੂੰ ਕਿਸੇ ਹੋਰ ਖੇਤੀ ਦੇ ਕੰਮ ਵੀ ਲੈਣੀ ਹੋਈ ਤਾਂ ਆਪਾਂ ਇੱਕ ਮੋਟੇ ਲੈ ਸਕਦੇ ਕਰ ਸਕਦੇ ਹਾਂ ਕਿਉਂਕਿ ਉਹ ਲੋਹਾ ਬਹੁਤ ਸਟਰੋਂਗ ਲਾਉਂਦੇ ਬਾਈ ਹੁਣੇ ਉਹ ਇਹ ਚੀਜ਼ ਚ ਕੰਪਰਾਈਜ਼ ਨਹੀਂ ਕਰਦੇ ਕਿ ਤੁਹਾਨੂੰ ਸ਼ੀਟ ਪਤਲੀ ਲਾ ਦੇਣਗੇ ਜਾਂ ਜਿੱਦਾਂ ਉਹ ਕਹਿੰਦੇ ਬਾਈ ਜੇ ਟਰਾਲੀ ਬਣਾਉਣੀ ਸਾਡੇ ਤੋਂ ਕਿੰਨੇ ਦਾ ਲਾਇਆ ਹੋਇਆ ਇਹ 68,000 ਵਾਲਾ ਹੀ ਹੈ ਬਾਲਾ ਸੀਗਾ ਤੇ ਪਰ ਇਹ ਉੱਚਾ ਨਹੀਂ ਕਰਾਇਆ ਕਿਉਂਕਿ ਫਿਰ ਪਿੱਛੇ ਬੈਟ ਨਹੀਂ ਹੁੰਦਾ ਤੇ ਕਈ ਵਾਰੀ ਬੰਦਿਆਂ ਨੇ ਬਹੁਤ ਹੈਵੀ ਕਰਾਤਾ ਹੁੰਦਾ ਬਾਹਰ ਨੂੰ ਉਹ ਫਿਰ ਬੈਟ ਨਹੀਂ ਹੁੰਦਾ ਉਹਦੇ ਵਿੱਚ ਤੇ ਇਹ 'ਚ ਹਲਕਾ ਹੀ ਰੱਖਿਆ 68,000 ਹੀ ਆ ਤੇ ਉਸ ਤੋਂ ਬਾਅਦ ਆ ਥਾਰ ਖੜੀ ਹੋ ਹੈ ਭਾਈ ਇਹ 'ਚ ਕਿਹੜਾ ਲਾਇਆ ਫਿਰ ਇਹ 'ਚ ਚੈਂਪੀਅਨ ਸੀਰੀ ਫਿਰ ਭਾਜੀ ਓਲਡ ਜਿਹੜੇ ਪੁਰਾਣੇ ਚੱਲਦੇ ਹੁੰਦੇ ਸੀ ਹਾਂਜੀ ਪਾਇਨੀਅਰ ਦੇ ਤੇ 2 ਓਵਲ ਲਾ ਕੇ ਬਸ ਪਲੱਸ ਇਨਸਾਈਡ ਤੇ ਇਹਦੇ 78 ਕਰਾਇਆ ਜੀ ਹਾਂਜੀ ਹਾਂਜੀ ਇਹਦੇ 'ਚ ਥਾਰ ਤੇ ਜਿਹੜੀਆਂ ਹੋਰ ਵੀ ਸਿਸਟਮ ਲੱਗੇ ਹੁੰਦੇ ਆਰਾਮ ਗੱਡੀਆਂ ਉਹ ਮੱਚ ਬੈਟਰ ਆ ਇਹਨਾਂ ਨੂੰ ਪਤਾ ਨੀ ਕੀ ਕਰ ਦਿੱਤਾ ਥਾਰ ਗੱਡੀ ਸਾਰਿਆਂ ਨੂੰ ਪਸੰਦ ਆ ਹਾਂਜੀ ਮਿਊਜ਼ਿਕ ਸਿਸਟਮ ਜਿਹੜਾ ਕੰਪਨੀ ਤੋਂ ਆਉਂਦਾ ਉਹ ਕਿਸੇ ਨੂੰ ਪਸੰਦ ਨਹੀਂ ਮੈਂ ਵੀ ਇਹਦਾ ਤਾਂ ਉੱਤੋਂ ਵੀ ਡਾਊਨ ਸੀਗਾ ਮੈਂ ਤਦ ਹੀ ਦੂਜੇ ਦਿਨ ਚੇਂਜ ਕਰਾਇਆ ਉਹ ਜਦੋਂ ਬੈਠਾ ਮੈਂ ਤਾਂ ਕੰਪਨੀ ਵੀ ਲੈ ਕੇ ਗਿਆ ਮੈਂ ਕਿਹਾ ਭਾਜੀ ਇਹਨਾਂ ਦੀ ਸੈਟਿੰਗ ਚੇਂਜ ਕਰੋ ਕਹਿੰਦੇ ਕੀ ਕਰੀਏ ਮੈਂ ਕਿਹਾ ਉੱਚੀ ਕਰੋ ਉਹ ਕਹਿੰਦੇ ਭਾਜੀ ਇਹ ਮੈਕਸ ਆ ਇਹਦੇ ਉੱਪਰ ਨਹੀਂ ਹੋਣਾ ਤੇ ਫਿਰ ਮੈਂ ਕਿਹਾ ਭਾਜੀ ਇਹਨੂੰ ਚੇਂਜ ਕਰਾ ਦਈਏ ਜਿਹੜੇ ਬੰਦੇ ਨੂੰ ਮਿਊਜ਼ਿਕ ਦਾ ਸ਼ੌਂਕ ਆ ਉਹ ਬੰਦਾ ਗੱਡੀ ਚ ਸੁੱਤਾ ਨੀ ਜਾਂਦਾ ਮਿੱਤਰਾ ਕਿ ਅਗਲੀ ਗੱਲ ਦਿਖਾਉਂਦੇ ਆ ਬਾਈ ਜੀ ਗੱਡੀਆਂ ਵੀ ਦਿਖਾ ਦਿੱਤੀਆਂ ਟਰੈਕਟਰ ਵੀ ਦਿਖਾਤੇ ਹੈ ਬਾਈ ਹੁਣ ਇੱਕ ਸ਼ੌਂਕ ਹੋ ਰਿਹਾ ਬੁਲਟਾਂ ਦਾ ਟੂਰ ਗੱਡੀ ਦਾ ਬਾਈ ਹਰ ਸਾਲ ਯਾਤਰਾ ਕਰੀ ਦੀ ਜਿੱਦਾਂ 5 ਤੱਕ ਦੀ ਕਰ ਚੁੱਕੇ ਇਹਨਾਂ ਤੇ ਸਾਰਿਆਂ ਤੇ ਪਿਛਲੀ ਵਾਰੀ ਅਸੀਂ 8,000 ਕਿਲੋਮੀਟਰ ਕੱਢਿਆ ਸੀ ਹਜ਼ੂਰ ਸਾਹਿਬ ਤੱਕ ਬਾਈ 1987 ਖੜਾ ਜੀ 98 ਮਾਡਲ ਆ ਇਹ ਸਾਰੇ ਪੁਰਾਣੇ ਮਾਡਲ ਹੀ ਆ ਜੀ ਕੋਈ 1 ਆ ਕੋਈ 2 ਆ ਯਾਨੀ ਕਿ ਉਸ ਰੇਂਜ ਦੇ ਵਿੱਚ ਆ ਸਾਰੇ ਪੁਰਾਣੇ ਸੀ ਤਾਂ ਵੈਸੇ ਸ਼ੌਂਕ ਆ ਤੂੰ ਇਹ ਭਾਜੀ ਪਿਆ ਸੀਗਾ ਜਿੱਦਾਂ ਪਹਿਲਾਂ 1 ਲਿਆ ਸੀਗਾ 4387 ਓਰੀਜਨਲੀ ਉਦਾਂ ਹੀ ਚਲਾਉਣ ਨੂੰ ਅੱਛਾ ਉਹ ਫਿਰ ਕਿਤੇ 2-3-4-11 ਮਿੱਤਰਾਂ ਨਾਲ ਉਹਨਾਂ ਦੇ ਬੁਲਟ ਸੀਗੇ ਅਸੀਂ ਨਿਕਲ ਗਏ ਅਨੰਦਪੁਰ ਸਾਹਿਬ ਅੱਛਾ ਉੱਥੋਂ ਮਨੀਕਰਨ ਸਾਹਿਬ ਨੂੰ ਚਲ ਗਏ ਉਹ ਫਿਰ ਹੌਲੀ ਹੌਲੀ ਪਿਆ ਕਿ ਆਪਾਂ ਯਾਤਰਾ ਕਰਿਆ ਕਰੀਏ
ਫਿਰ ਮੈਂ ਕਿਹੜੀ 11 ਮਿੱਤਰਾਂ ਦੇ ਮੰਗਦਾ ਹੁੰਦਾ ਘਰੇ ਫਾਰਚੂਨਰ ਖੜੀ ਆ ਤਾਂ ਬੁਲਟ ਹਾਂ ਬੁਲਟਾਂ ਦੇ ਫਿਰ ਮੈਂ ਕਿਹਾ ਬਾਈ 2-4 ਕਿਸੇ ਲੈ ਕੇ ਚਲੀਏ ਉਹ ਫਿਰ ਇੱਕ ਦੋ ਵਾਰੀ ਕੀ ਹੋਇਆ ਅਸੀਂ ਮਹੀਨਾ ਮਹੀਨਾ ਗਏ ਰਹਿੰਦੇ ਹਾਂ ਉਹ ਕਈ ਵਾਰੀ ਫਿਰ ਆ ਜਾਂਦਾ ਫੋਨ ਕਦੋਂ ਨੂੰ ਮੁੜਨਾ ਕੀ ਹੋਇਆ ਕਿੱਦਾਂ ਤੇ ਫਿਰ ਮੈਂ ਕਿਹਾ ਕੱਲ੍ਹ ਨੂੰ ਇਹ ਨਾ ਹੋਵੇ ਕਿ ਕੋਈ ਕਹੇ ਸਾਡੀ ਚੀਜ਼ ਖਰਾਬ ਕਰਕੇ ਦੇ ਗਏ ਜਾਂ ਕੁਛ ਆਪਣੇ ਲੈ ਲਓ ਟਮਾਟੋ ਟੁੱਟ ਭੱਜ ਹੋਵੇ ਜੋ ਮਰਜ਼ੀ ਹੋਵੇ ਕਿ ਉਹ ਇੱਥੇ ਲਿਆ ਕੇ ਬਣਾ ਲੈ ਤੇ ਸੈੱਟ ਕਰਕੇ ਤੋਰ ਲੈ ਖਾਸੀਅਤ ਲੱਗੀ ਹੈ ਕਿ ਟਰਬਲ ਆਪਾਂ ਨੂੰ ਹਨਾ ਇਹਦਾ ਪੁਆਇੰਟ ਹੈ ਨੀ ਜਿਹੜਾ ਦੇਖੋ ਤੁਸੀਂ ਸਟੈਂਡਰਡ ਦੇ ਕਿਉਂਕਿ ਪੁਆਇੰਟ ਬਹੁਤ ਖਰਾਬ ਕਰਦਾ ਜਦੋਂ ਕਿਤੇ ਪਾਣੀ ਪੈ ਜਾਵੇ ਤੇ ਪੁਆਇੰਟ ਪੈ ਗਿਆ ਤੇ ਤੁਹਾਡੇ ਕੋਲ ਸਟਾਰਟਿੰਗ ਪੁਆਇੰਟ ਹੀ ਨਹੀਂ ਸੈੱਟ ਹੋਣਾ ਉਹਦੀ ਮਿਸਿੰਗ ਹੋਣ ਲੱਪਣੀ ਬਹੁਤ ਕਰੰਟ ਦੀ ਇਲੈਕਟ੍ਰੇ ਦੀ ਇਹ ਖੂਬੀ ਆ ਉਹ ਧੱਕਾ ਸਹਿ ਜਾਂਦਾ ਪਹਾੜਾਂ ਪਹੁੜਾਂ 'ਚ ਵੀ ਲੈ ਕੇ ਗਏ ਮੈਂ ਕਿਹਾ ਜੀ ਇਹ ਸਾਰੇ ਲੇਹ ਵਾਲਾ ਸਾਰੀ ਜਗ੍ਹਾ ਨਿਕਲੇ ਆ ਪੂਰਾ 8-8 ਹਜ਼ਾਰ ਕਿਲੋਮੀਟਰ ਪਾ ਕੇ ਆਈਦਾ ਜਦੋਂ ਜਾਈਦਾ ਇੱਕ ਵਾਰੀ ਘਰੋਂ ਨਿਕਲ ਗਏ ਹਾਂਜੀ 8,000 ਕਿਲੋਮੀਟਰ ਆਰਾਮ ਨਾਲ ਪੈ ਜਾਂਦਾ ਕਿੰਨੀਆਂ ਸਰਵਿਸਾਂ ਕਰਾਉਂਦੇ ਇਹਨਾਂ ਦੀਆਂ ਫਿਰ ਇਹਨਾਂ ਦੀ ਭਾਜੀ ਨਾਲ ਖੜੀਦਾ ਮਿਸਤਰੀ ਬਾਈ ਭੋਗਪੁਰ ਤੋਂ ਆ ਬਿੱਟੂ ਬਾਈ ਅੱਛਾ ਉਹ ਸਾਡੇ ਨਾਲ ਜਾਂਦਾ ਉਹ ਇੱਕ ਚਲਾਉਂਦਾ ਹੁੰਦਾ ਅੱਛਾ ਉਹਨੂੰ ਐਂਡ 'ਚ ਰੱਖੀਦਾ ਅੱਛਾ ਉਹ ਤਾਂ ਰੱਖੀਦਾ ਹੈ ਕਿ ਬਾਈ ਜਿਹੜਾ ਬੇਲਟ ਖਰਾਬ ਹੋ ਗਿਆ ਤੂੰ ਫਿਕਸ ਕਰਕੇ ਗਾਂ ਲੈ ਆਉਣਾ ਜਿੱਥੇ ਮਰਜ਼ੀ ਹਾਂਜੀ ਹਾਂਜੀ ਅੱਛਾ ਮਤਲਬ ਹੁਣ ਜੇ ਆਪਾਂ ਦੱਸਣਾ ਵੱਧ ਤੋਂ ਵੱਧ ਬਾਈ ਜੀ ਕਿ ਇਹਨਾਂ ਇਹ ਮੋਟਰਸਾਈਕਲ ਇੰਨੇ ਕਿਲੋਮੀਟਰ ਚਲਾਤੇ 8,000 ਤੋਂ ਗਾਂ ਵੀ ਚਲਾਏ ਨੇ ਇਹ ਵੀ 8 ਹੱਦ ਚੱਲੇ ਆ ਜੇ ਇਹਦੇ ਪਹਿਲਾਂ ਤਾਂ ਕੋਈ 5,000 3,500 4,000 ਟੂਰ ਕੱਢਦੇ ਰਹੀਦਾ ਹਾਂਜੀ ਯਾਨੀ ਕਿ ਇਹ ਆ ਕਿ ਖੁੱਲੇ ਹੋਏ ਆ ਪੂਰੇ ਤੇ ਬੰਦਾ ਇਹ ਦੋ ਜਣੇ ਬਿਠਾ ਕੇ ਉਹ ਵੀ ਮੇਰੇ ਸਾਈਜ਼ ਵਰਗੇ ਅਸੀਂ ਲੇਹ ਦੀਆਂ ਪਹਾੜੀਆਂ ਦੇ ਵਿੱਚ ਇਹਨਾਂ ਦੇ ਗੇਟ ਤੇ ਖਰਾਬੀ ਖਰੀਦੀ ਨੇ ਦਿੱਤੀ ਤੇ ਬੰਦੇ ਵਧੀਆ ਚੱਲਦੇ ਇੱਧਰ ਜਿਹੜਾ ਇੰਨੇ ਚਲਾ ਲਿਆ ਹਨਾ ਹੁਣ ਬੁਲਟ ਸਾਰੇ ਪਰਖ ਪੁਰਖ ਲਏ ਆ ਕਿ ਬਈ ਮਕੈਨੀਕਲ ਪੱਖੋਂ ਵੀ ਇਦਾਂ ਆ ਇਹਨਾਂ ਦੋਨਾਂ ਦੇ ਵਿੱਚ ਆ ਫਰਕ ਆ ਹਾਂਜੀ ਹਾਂਜੀ ਭਜਾਉਣ 'ਚ ਕਿਹੜਾ ਵਧੀਆ ਭਜਾਉਣ 'ਚ ਤਾਂ ਫਿਰ ਉਹ 500 cc ਆ ਜਮਨਾ ਐਕਸਪ੍ਰੈਸ ਦਿੱਲੀ ਆਗਰੇ ਲਿਆਉਂਦੇ ਸੀਗੇ ਆਗਰੇ ਤੋਂ ਦਿੱਲੀ ਐਕਸਪ੍ਰੈਸ ਹੋਰ ਕਦੇ ਦੌੜਾ ਦੇ ਰਹੇ ਨੇ ਮੋਰੇ ਕਈ ਕੁਛ ਆ ਜਾਂਦਾ ਇੱਥੇ ਅੱਜ ਕੱਲ ਹਾਂ ਉਹ ਐਕਸਪ੍ਰੈਸ ਹੀ ਆ ਫਿਰ ਦੌੜਾਉਣ ਨੂੰ ਦਾ ਤੇ ਮਤਲਬ ਐ ਆ ਬਾਈ ਜੀ ਕਿ ਜਿਹੜਾ ਵੀ ਬੰਦਾ ਇੱਥੇ ਆਊਗਾ ਨਾ ਉਹਨੂੰ ਸੰਦ ਸਿਹੜੇ ਸਾਰੇ ਦੇਖਣ ਨੂੰ ਮਿਲ ਜਾਣੇ ਆ ਮਤਲਬ ਪੰਜਾਬੀ ਨੂੰ ਜਿਹੜੀ ਚੀਜ਼ ਦਾ ਸ਼ੌਂਕ ਆ ਥਾਰ ਬੁਲਟ ਜੀਪ ਫੋਰਚੂਨਰ ਟ੍ਰੈਕਟਰ ਸਾਰਾ ਕੁਝ ਹੀ ਖੜਿਆ ਬਾਈ ਜੀ ਜੇ ਕਿਸੇ ਬਾਈ ਨੇ ਮਿਲਣਾ ਬਾਈ ਇੰਸਟਾਗ੍ਰਾਮ ਆਈਡੀ ਆਪਣੀ ਜ਼ਰੂਰ ਦੱਸ ਦਿਓ ਯਾਰ ਸਿੰਘ 47 ਹਾਂਜੀ ਸਿੰਘ ਗਿੱਲ 47 ਹੈ ਹਾਂਜੀ ਉਹ ਮੈਂਸ਼ਨ ਕਰ ਦਾਂਗੇ ਬਾਈ ਨੂੰ ਫੋਲੋ ਜ਼ਰੂਰ ਕਰ ਲਿਓ ਜੇ ਗੱਲਾਂ ਬਾਤਾਂ ਕਰਨੀ ਹੈ ਬਾਈ ਨਾਲ ਕੋਈ ਨੌਲੇਜ ਲੈਣੀ ਹੋਵੇ ਇਧਰ ਚੀਜ਼ ਦੇ ਕੇ ਹੋਲਾ ਮਹੱਲਾ ਇਹ ਆਪਣਾ ਪੇਜ ਆ ਜੀ ਬੁਲਟ ਲਵਰ ਪੇਂਡੂ ਬੋਇਜ਼ ਇਹ ਸਾਡਾ ਇਸ ਤੇ ਸਾਡੀਆਂ ਸਾਰੀਆਂ ਵੀਡੀਓ ਯਾਤਰਾ ਦੀਆਂ ਚੜ੍ਹਦੀਆਂ ਹੁੰਦੀਆਂ ਰਿਲੇਟਡ ਮੋਸਟਲੀ ਕਿ ਅਸੀਂ ਕਿੱਧਰ ਕਿੱਧਰ ਜਾਂਦੇ ਹਾਂ ਕੋਸ਼ਿਸ਼ ਕਰਦੇ ਇੱਦਾਂ ਹੀ ਕਦੇ ਵੀ ਸ਼ੁਕਲ ਮੇਲੇ ਦੀ ਕਿ ਅੱਜ ਅਸੀਂ ਇੱਥੇ ਖੜੇ ਹਾਂ ਅੱਜ ਅਸੀਂ ਇੱਥੇ ਪਹੁੰਚ ਗਏ ਹਾਂ ਕਿੱਧਰ ਗਏ ਹਾਂ ਤੇ ਉਹ ਹਰ ਸਾਲ ਮੁੰਡਾ ਆਪਣੇ ਵੱਲੋਂ ਪਾਉਂਦੇ ਰਹਿੰਦੇ ਕੋਈ ਐਡਿਟਿੰਗ ਵਾਲਾ ਸਾਡੇ ਕੋਲ ਹੈ ਨਹੀਂ ਬੰਦਾ ਜਿੱਦਾਂ ਦੀਆਂ ਬਣਦੀਆਂ ਸੀ ਉਦਾਂ ਦੀਆਂ ਚੜ੍ਹਾ ਦੇਈਦੀ ਹਾਂ ਤੇ ਜਿਹੜੇ ਬੁਲਟ ਦੇ ਸ਼ਕੀਨ ਆ ਬਾਈ ਉਹ ਇਹਨੂੰ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਤੇ ਬਾਈ ਜਿਹੜੇ ਫੋਰਡ ਦੇ ਸ਼ਕੀਨ ਆ ਫੋਰਚੂਨਰ ਮਿਊਜ਼ਿਕ ਸਿਸਟਮ ਦੇ ਸ਼ਕੀਨ ਆ ਤੇ ਉਹ ਬਾਈ ਨੂੰ ਫੋਲੋ ਕਰ ਲਿਓ ਹੋਲਾ ਮਹੱਲਾ ਆਉਣ ਵਾਲਾ ਆ ਆਨੰਦਪੁਰ ਸਾਹਿਬ ਬਾਈ ਹੁਣੀ ਜਾਣ ਵਾਲੇ ਆ ਮੈਸੇਜ ਕਰਕੇ ਪੁੱਛ ਲਿਓ ਕਦੋਂ ਜਾਣਾ ਸਿਸਟਮ ਦੇਖਣਾ ਉੱਥੇ ਵੀ ਦੇਖ ਲਿਓ ਨਾਲੇ ਰਿਵਿਊ ਲੈ ਲਿਓ ਤੇ ਜਿਹੜੇ ਚ ਕੀੜਾ ਹੋਵੇ ਬਾਈ ਜੀ ਮੈਂ 3-3.5 ਲੱਖ ਰੁਪਇਆ ਖਰਚ ਹੋਇਆ ਉਹ ਬਾਈ ਤੋਂ ਸਲਾਹ ਲੈ ਲਿਓ ਤੇ ਬਾਕੀ ਆਸ ਕਰਦੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਬਾਈ ਦਾ ਸੁਭਾਅ ਵੀ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਬਾਈ ਨੂੰ ਵੀ ਸਾਡੇ ਨਾਲ ਟਾਈਮ ਸਪੈਂਡ ਕਰਕੇ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਬਾਈ ਜੀ ਥੈਂਕ ਯੂ ਜੀ ਤੇ ਸਮਾਂ ਦੇਣ ਲਈ ਧੰਨਵਾਦ ਜੀ ਥੈਂਕ ਯੂ ਧੰਨਵਾਦ ਤੁਹਾਡਾ ਬਾਈ